ਇਹ ਗੱਲ ਲੈਂਦੇ ਪੰਜਾਬ ਵੱਲੇ ਨਨਕਾਣਾ ਸਾਹਿਬ ਦੇ ਇੱਕ ਪਿੰਡ ਚੱਕ ਨੰਬਰ 569 ਦੀ। ਇਹ ਲਾਡੇ ਦਾ ਪਿੰਡ ਆ ਜਿਹੜਾ ਆਪਣੇ ਪਿਓ ਦੇ ਪੂਰੇ ਹੋਣ ਤੋਂ ਬਾਅਦ ਘਰ ਬਾਰ ਦੀ ਸਾਂਭ ਅਤੇ ਖੇਤੀ ਦੀ ਸਾਰੀ ਜ਼ਿੰਮੇਦਾਰੀ ਬਾੜੇ ਸੋਹਣੇ ਤਰੀਕੇ ਨਾਲ ਨਿਭਾ ਰਿਹਾ ਹੈ। ਘਰ ਦਾ ਵੱਡਾ ਜੀ ਹੋਣ ਬਾਰੇ ਲਾਡੇ ਨੇ ਆਪਣੀਆਂ ਭੈਣਾਂ ਦੇ ਵਿਆਹ ਤਾਂ ਕਰ ਦਿੱਤੇ, ਪਰ ਇਹਦੀ ਆਪਣੀ ਵਿਆਹ ਦੀ ਉਮਰ ਲੰਘ ਚੱਲੀ ਏ। ਤੇ ਹੁਣ ਆਪਣੇ ਵਿਆਹ ਦਾ ਕਰਕੇ ਲਾਡਾ ਕੀ ਕਰਦਾ ਏ ਤੇ ਇਹਨੂੰ ਇਸ ਦੀ ਲਾਡੀ ਕਿਵੇਂ ਲੱਭਦੀ ਏ ਤੇ ਆਪਣਾ ਵਿਆਹ ਰਚਾਉਣ ਲਈ ਲਾਡੇ ਨੂੰ ਕਿਹੜੇ ਕਿਹੜੇ ਪਾਪੜ ਵੇਲਣੇ ਪੈਂਦੇ ਆ, ਇਹ ਤੁਸੀਂ ਵੀ ਵੇਖੋਗੇ ਤੇ ਮੈਂ ਵੀ ਵੇਖਾਂਗਾ। ਲਓ ਜੀ, ਤੁਹਾਡੇ ਆਉਣ ਦੀ ਬਹੁਤ ਖੁਸ਼ੀ ਹੋਈ ਹੈ। ਮਿਹਰਬਾਨੀ ਜੀ। ਇਹ ਦੱਸੋ ਕਿ ਮੁੰਡਾ ਕੀ ਕਰਦਾ ਹੈ? ਮੁੰਡਾ ਤਾਂ ਫਿਲਹਾਲ ਤੰਗ ਹੀ ਕਰਦਾ ਜੀ। ਤੁਸੀਂ ਤਾਂ ਚੁੱਪ ਕਰ ਭਾਜੀ। ਜਦੋਂ ਦਾ ਲਾਡੇ ਦਾ ਪਿਓ ਮਰਿਆ ਹੈ ਨਾ, ਲਾਡੇ ਦਾ ਜਿਉਣ ਜੋਗਾ ਖੇਤੀਬਾੜੀ 'ਚ ਹੀ ਰੁੱਝ ਗਿਆ। ਭੈਣ ਜੀ, ਇਹ ਤਾਂ ਬੜੀ ਚੰਗੀ ਗੱਲ ਹੈ। ਉਹ ਨਹੀਂ ਤਾਂ ਅੱਜ ਕੱਲ੍ਹ ਦੇ ਮੁੰਡੇ ਤਾਂ ਖੇਤੀਬਾੜੀ ਨੂੰ ਹੱਥ ਹੀ ਨਹੀਂ ਲਾਉਂਦੇ। ਓਏ, ਤੇ ਸਾਡੀ ਜਾਲਾ ਮਿੱਟੀ 'ਚ ਨਹੀਂ ਰੁੱਲਾਂਗੇ ਤੇ ਪੰਜਾਬੀ ਕਿੱਦਾਂ ਕਹਿਲਾਵਾਂਗੇ? ਤੇ ਜਨਾਬ ਔਰ ਅੱਜ ਕੱਲ ਕੀ ਸ਼ੁਗਲ ਏ? ਇਹ ਬੜੇ ਵੱਡੇ ਅਫਸਰ ਨੇ। ਆਹੋ, ਅੱਜ ਕੱਲ ਘਰ ਜਵਾਈ ਡਿਪਾਰਟਮੈਂਟ 'ਚ ਲੱਗੇ ਹੋਏ ਆ, ਲੈਣ ਵਾਲੇ ਹੀ ਆ। ਉਹ ਮੈਂ ਤਾਂ ਲਾਡੇ ਦਾ ਵਿਆਹ ਕਰਕੇ ਇਸ ਘਰ 'ਚ ਡੇਰੇ ਲਾਏ ਆ, ਕਿਉਂਕਿ ਸਾਰੇ ਕੰਮ ਮੈਨੂੰ ਹੀ ਕਰਨੇ ਪੈਣੇ ਆ। ਮੈਂ ਇਸ ਘਰ ਦਾ ਜਵਾਈ ਜੀ ਹੋਇਆ। ਫਿਰ ਤਾਂ ਜੋਟੀਦਾਰ ਹੋਇਆ, ਕੰਮ ਰਲਦਾ ਮਿਲਦਾ ਹੈ। ਆਖਿਰ ਇੱਕੋ ਡਿਪਾਰਟਮੈਂਟ 'ਚ ਹੋਇਆ। ਭੈਣ ਜੀ, ਮੈਂ ਚਾਹੁੰਦੀ ਹਾਂ ਕਿ ਲਾਡੇ ਦਾ ਵਿਆਹ ਹੋ ਜਾਏ ਅਤੇ ਮੇਰੇ ਸਿਰ ਤੋਂ ਭਾਰ ਉਤਰ ਜਾਏ। ਕਿਉਂ ਨਹੀਂ ਭੈਣ ਜੀ, ਇਹ ਤਾਂ ਹਰ ਮਾਂ ਦੀ ਖਾਹਿਸ਼ ਹੁੰਦੀ ਹੈ ਕਿ ਉਹਦੇ ਪੁੱਤਰ ਦੇ ਸਿਰ 'ਤੇ ਸਿਹਰੇ ਬਚਣ। ਅਸਾਂ ਵੀ ਆਪਣੀ ਲਾਡੀ ਨੂੰ ਬੜੇ ਲਾਡ ਪਿਆਰ ਨਾਲ ਪਾਲਿਆ ਅਤੇ ਪਰਮਾਤਮਾ ਅੱਗੇ ਹਮੇਸ਼ਾ ਇਹ ਦੁਆ ਕੀਤੀ ਹੈ ਕਿ ਉਹ ਸਾਡੀ ਲਾਡੀ ਨੂੰ ਤੱਤੀ ਵਾਹ ਵੀ ਨਾ ਲਾਏ। ਆਮੀਨ। ਇਹ ਪ੍ਰਦੀਪ ਕੌਰ ਮੈਨੂੰ ਭੈਣਾਂ ਦੀ ਤਰ੍ਹਾਂ ਅਸੀਸ ਹੈ ਜੀ। ਲਾਡੀ ਦੀ ਮਾਂ ਦੇ ਮਰਨ ਤੋਂ ਬਾਅਦ ਉਹਦੇ ਸਾਰੇ ਚਾਅ ਮੇਰੀ ਇਸੇ ਭੈਣ ਨੇ ਪੂਰੇ ਕੀਤੇ ਨੇ ਜੀ। ਨਹੀਂ, ਥੋੜ੍ਹੇ ਬਹੁਤੇ ਤੁਹਾਨੂੰ ਵੀ ਕਰਨੇ ਚਾਹੀਦੇ ਸੀ। ਲਾਡੀ ਨੂੰ ਤਾਂ ਬੁਲਾਓ, ਜਿਹਦੇ ਡੇ ਲਾਡ ਚੁੱਕਦੇ ਹੋ ਉਹ ਹੈ ਕਿਉਂ ਜੀ? ਕਿਉਂ ਨਹੀਂ ਧੀਏ, ਸ਼ਬਾਨਾ ਪੁੱਤਰ ਜੀ, ਜਾ ਕੇ ਲਾਡੀ ਨੂੰ ਆਵਾਜ਼ ਮਾਰ ਕੇ ਲਿਆ ਤੇ ਨਾਲੇ ਗੱਲ ਸੁਣ, ਚਾਹ ਵੀ ਲੈ ਕੇ ਆਈ। ਮੈਂ ਹੁਣੇ ਲਿਆਈ ਜੀ। ਬਿਸਕੁਟ ਵੀ ਲਈ ਆਉਣਾ, ਤੇਰੀ ਖੱਬੀ ਜੇਬ 'ਚ ਹੋਣੇ ਆ। ਅਸਲ 'ਚ ਮੁੰਡੇ ਦੀ ਨਾ ਸ਼ੂਗਰ ਲੋਅ ਹੁੰਦੀ ਹੈ। ਹਾਂ ਨਾ, ਕਿੱਡੀ ਸੋਹਣੀ ਏ, ਇਹਦੇ ਲਾਡ ਚੁੱਕਣਾ ਤੇ ਬੰਦਾ ਏ। ਸਾਨੂੰ ਇਹ ਰਿਸ਼ਤਾ ਕਬੂਲ ਏ। ਲਓ ਜੀ, ਸਾਨੂੰ ਵੀ ਕਬੂਲ ਆ। ਲਓ ਜੀ, ਮੈਨੂੰ ਵੀ ਕਬੂਲ ਆ। ਜੇ ਤੁਹਾਨੂੰ ਸਾਰਿਆਂ ਨੂੰ ਕਬੂਲ ਏ ਨਾ, ਤੇ ਮੈਨੂੰ ਵੀ ਕਬੂਲ ਏ। ਪਰ ਮੈਨੂੰ ਨਹੀਂ ਕਬੂਲ। ਇਹ ਮੁੰਡਾ ਕੌਣ ਆ ਜਿਹਨੇ ਚੱਲਦੀ ਗੱਡੀ ਨੂੰ ਹੱਥ ਦੇ ਦਿੱਤਾ? ਇਹ ਮੇਰਾ ਛੋਟਾ ਪਤਰੀਆ ਜੀ, ਅਸ਼ਫਾਕ। ਮਾਸ਼ਾਅੱਲਾ ਅਸ਼ਫਾਕ ਪੁੱਤਰ, ਇਹ ਸਾਰੇ ਖੈਰ ਨਾਲ ਆਪਣੀ ਲਾਡੀ ਦੇ ਰਿਸ਼ਤੇ ਵਾਸਤੇ ਆਏ ਨੇ। ਵੇਖੋ ਜੀ, ਗੱਲ ਸਿੱਧੀ ਤੇ ਸਾਫ਼ ਹੈ, ਇਸ ਤਰ੍ਹਾਂ ਕਿੰਜ ਹਾਂ ਕਰਦੀ ਹੈ? ਪਹਿਲੇ ਅਸੀਂ ਮੁੰਡੇ ਨੂੰ ਵੇਖਾਂ ਪਰਤਾਂਗੇ ਤੇ ਫਿਰ ਹੀ ਗੱਲ ਅੱਗੇ ਵਧੇਗੀ। ਉਹ ਪੁੱਤਰਾ, ਸੌ ਬਿਸਮਿਲਾ, ਤੂੰ ਆ ਸਾਡੇ ਘਰ ਜਦੋਂ ਮਰਜ਼ੀ। ਹੈਂ, ਇਹ ਹੋਈ ਨਾ ਗੱਲ। ਅਸਲ 'ਚ ਭੈਣ ਜੀ, ਇਹ ਲਾਡੀ ਦਾ ਵੀਰ ਹੈ ਨਾ, ਇਸ ਲਈ ਫਿਕਰਮੰਦ ਹੈ। ਕੋਈ ਨਹੀਂ, ਇਹ ਵੀ ਸਾਡਾ ਪੁੱਤਰ ਹੈ, ਜਦੋਂ ਮਰਜ਼ੀ ਆਓ। ਲੈ ਬਈ, ਹੁਣ ਤਾਂ ਖੁਸ਼ ਹੈ ਨਾ? ਹਾਂ ਹਾਂ, ਨਾਲੇ ਤਸੱਲੀ ਹੋ ਜਾਏਗੀ।
एक दो दिन तक आ के देख लेंगे मुंडे नु तुसी चाह ते पियो ना खैर नाल ओ आओ जी आओ जी लाओ चाह ता ठंडी होगी कुड़ी वाले आ रहे ने सारे काम मेनू करने पैने ने ओ प्रौणे आने वाले आ तेरे को अजे सफाइयां ही नहीं होईयां हो गईयां ने सारीयां सफाइयां चल ठीक है वे लभ्या ओ मेरा ना दिल घबराण डई ओ मुंडा वेखण आ रहे आ मुंडे ते फेयरिंग करन नहीं आ रहा है हां है मेरा ए मतलब थोड़ा सी हाँ। मेरा मतलब है कि खान पीन दा बंदोबस्त कीता कि नहीं सारा हो गया सवेरे 6 बजे दी तो उठी है चल तू जाके ना अंदर नवे कपड़े पा ले तो मुंह हाथ धो ले ओ मैं तो मुंह धो धो के इन्ना का मुंह हो गया मेरा हाय हाय पहली बारी कुड़ी वाले वेखण आ रहे ने मुंडे नु नहीं उन्होंने घर बुआ देखना नहीं अगले ते सूहा लेंदे आ मुंडा नशा ते नहीं करदा जुआ ते नहीं खेडदा आ है साडे नसीब सड़ गए असी ते ना वेख्या ते अज भुगतण वी ते दे हो ना आ हूं लो ओ आ गए बिस्मिल्ला आ जाओ सलाम है जी वालेकुम सलाम ससरी अकाल बिस्मिल्ला बिस्मिल्ला तुसी बड़ी छेती आ गए हो क्यों पुत्र जी अजे आना नहीं सी चाहिदा नहीं नहीं ये दा मतलब है कि घर दे काम गुम कर रहे सा आए हाए ते फिर की होया घरां दे काम ते हुंदे ही रहंदे ने ओ प्रौणे वाली ले आओ कुछ खाण पीन ली मैं लेके आनी आ गोगे वेख मुंडा अंदर जान डया है कुछ चाह पानी दा पुछ ओए ते कमले ने तुसी बैठो तुसी सुनाओ तुसी ठीक ता हो ना ठीक है तुसी सुनाओ खैर ना आए हो ना रब दी बड़ी मेहर है जी हां जी खैर नाल ही आया ਕੀ ਗੱਲ ਜੀ ਘਰ ਬੜੇ ਗੌਰ ਨਾਲ ਵੇਖ ਰਹੇ ਹੋ ਨਵੇਂ ਘਰ ਬਣਾਉਂਦੇ ਹੋ ਘਰ ਤਾਂ ਠੀਕ ਹੈ ਪਰ ਥੋੜਾ ਛੋਟਾ ਹੈ ਤੁਸੀਂ ਹਾਕੀ ਦਾ ਮੈਚ ਕਰਾਉਣਾ ਜੀ ਉਹ ਜਨਾਬ ਹੌਲੀ ਹੌਲੀ ਵੱਡਾ ਹੋ ਹੀ ਜਾਣਾ ਮੈਂ ਘਰ ਦੀ ਗੱਲ ਕਰ ਰਿਹਾ ਪਿੰਡ ਦੇ ਜਵਾਕਾਂ ਦੀ ਨਹੀਂ ਮੈਂ ਵੀ ਘਰ ਦੀ ਗੱਲ ਕਰ ਰਿਹਾ ਆਪਣੇ ਭਤੀਜੇ ਦੀ ਨਹੀਂ ਤੁਸੀਂ ਸਾਰੇ ਇਸੇ ਘਰ 'ਚ ਰਹਿੰਦੇ ਹੋ ਕਿਉਂ ਜੀ ਤੁਸੀਂ ਮਰਦਮਸ਼ੁਮਾਰੀ ਕਰਨੀ ਉਹ ਆਓ ਬਹਿ ਕੇ ਗੱਲ ਕਰਨੇ ਆ ਚਾਹ ਪੀਓ ਤੁਸੀਂ ਆਜੋ 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 असल च भैन जी गल इस तरह है कि लाडी के अबे की तबीयत कुछ ठीक नहीं तो भाव शीर की मर्जी है कि यह विआह जिनी जल्दी हो जाए उन्ना ही चंगा है तो इसलिए मैं छेती आना पै गया कोई गल नहीं अल्लाह उन्होंने सेहत तंदुरुस्ती दे जिस तरह आखोगे सिर मत्थे ते तुसा तो मेरी लाज रख ली है बड़ी मेहरबानी ये तो बड़ी चंगी गल है सीना चौड़ा एडा वड्डा डौला लाडे का पुछ रहा जारे पहलवान का नहीं पुछ रहा लो आ गया लाडा तेरा होने वाला साला भाई अच्छा सलाम कर सलाम जिंदा रहे पुत्र जिंदा रहे आजो आजो सलाम अलैकुम बैठो 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 आ जिंदा रहे मुंडा ते डाटा सोना है ते मैनु पसंद मेहरबानी ते घर बुआ भी मैनु पसंद है घर तो ठीक है पर थोड़ा छोटा छोटा है रंग भी फिका पै गया है जहेज तो तुसी साडा इस्तेमाल करोगे ना फ्रिज घर च है वे मेरे गल इदा भाई घर छोटा जरूर है पर दिल छोटे नहीं हाँ कंधा का रंग थोड़ा फिका पै गया पर रिश्तों का रंग कदे फिका पैन नहीं दिता ते जिहड़ी गल है जहेज दी ते ना जहेज का लालच है ते ना सी जहेज लेना भैन जी मुंडा मैनू पसंद है ते घर भी वावा सोना है मैनू पसंद है इस तरह मैं जाके वीर जी नू दस देंगी ते रब सोने ने चाहिया ना ते असी बड़ी छेती आवांगे लो हुण सानू इजाजत दिओ नहीं नहीं रोटी तो बगैर नहीं जाना ओ नहीं पुत्र प्रौणे ने भुखे ते नहीं टुर जाना आ दो तीन घंटे लगने रोटी पक जानी सब कुछ तुहाडा ही
ओ नहीं एडी काली नाल रोटी पकाएगा क्यों मेरी तीनू माड़ा करना है चलो फेरा मार जाओ अच्छा जी लो ठीक है जी तुहाडा मिल के बहुत चंगा लगा मैनू भी ओ नाल जाईदा परौणियां दे गेट तक ता ओ यार बशीरिया क्यों मुंह लटका के बैठा है ओए ओए मनिंदर से आ ओ मैं की दसा मेरे यारा ओ रिपोर्टा आ गईया ने ओ डॉक्टर ने कह दिता मैं नहीं बचना ते जे डॉक्टर कह दें ते बंदा नहीं हो बचदा ओ मैं नहीं बचना मैं तू शहर ले चलो आए हाय भरा जी क्यों भैड़िया गल्लां पे करदे हो ओ तगड़ा ओ तैनू कुछ नहीं होया डॉक्टर दे मगर जाओगे तो नवे स्यापे नू पा देंगे तू चुप कर मैनू भैन नाल गल कर लैंदे भैन मेरी मेरी आखरी ख्वाहिश है कि मैं अपने हथी अपनी धी दी डोली तोड़ लवा ए गल ते ठीक है भरा जी पर असां भी तो कुछ सोचना है ना ताड़ियां सोचा अज तो बंद मेरियां पीड़ा शुरू हो गईयां ने मैनू रिश्ता पसंद है मैनू रिश्ता तुसीं ऐसा करो मुंडे वाले नू बुलाओ मैं उन्हें मना लवांगा कि दो हफ्तों के बीच बीच मैं लाड़ी की रुखसती कर देना है बाकी फिर मैं आप ही सांभ लवांगा ओ चुप कर यार साह ते ला लै और तू साह लैन भी देवे ते लवा ना इधर फड़ाओ मैनू मैं वेखनी हाँ आया है नहीं कुड़िए तेनू अंग्रेजी आती है ना जी ना इन्हू तो सिर्फ निछा ही आदियां ने लै बे वीर महेंद्र सिंह मैं एक फैसला कीता ही भाई ओ की दसना अपना अशफाक अशफाक पुत्र इधर आ मेरी गल सुन हाँ जी ताया जी दसो की गल है गल ये है कि बाहरों कोई मुंडा फड़ तो उन्होंने लाडे रावल कल मेरा सुनेहा दे के उन्होंने कहो कि लाडी ने मुंदरी पाने लिए कल ही आ जाओ ओ पर ताया जी ओ पा बशीर उन्हें कोई जरूरत नहीं ओ क्यों ओ इसलिए असा ते फोन करके कल ही उन्होंने दस दिता सी ते ओ परसों आ रहे ने मुंदरी लेके मंगनी करन ए ते बड़ी खुशी दी गल है फिर खिचा में तैयारियां टोलियां बजाउन दियां हां हां क्यों नहीं ओ तैनू डमरू जो दिता है बजान लई तू क्यों टोलकी बजानी है हाय नी लाडी हुन ते तू भी टुर जाना है तेरे विसाक आ रहे ने शगन पान नू चल नी क्यों असी की चलिए जाना ते तू है सानू छड के ओ दे मिलनी दा चढ़े आए चा
मैं की करां, मैं की करां? लोकां दे मुंडे व्याहे गए, मेरा मुंडा उंज फिरी जान डिया है, ए किदा होऊगा? ओ कहंदे ने 8 दिनां च व्याह ले लो। हाय रब्बा, हाय रब्बा। वटवटा हो जाओ, पर मेरी तैयारी कदों होएगी? हले तो मैं दर्जी नूं सूट दित्ते नहीं समान लई, हले तो मैं ब्यूटी पार्लर भी जाना है। मेरी मनो उन्हां नूं ना कर छड़ो, असीं हले नहीं कर सकते। ओ का दस्सिया पिया पाया जे, व्याह तों पहले छड़ा कर दो मैनूं। ओ मेरी मां, ओ मलका जज्बात, ओ हो जूगा कुछ ना कुछ। ते हीर, ओ मेरी भैन, ओ मेकअप दी दुकान, व्याह सादगी नाल नहीं हो सकदा। मैनूं कुछ नहीं पता, बस सादगी नाल जावांगे ते कुड़ी व्याह के लै आवांगे। ओ की रौला पाया घर दे विच, इस घर च इक जवाई भी रहिंदा, आप च ना सलामा करी जाओ है। ओ दसो भाई, किनू सदा देना ते किनू नहीं देना? हाय कुछ कर लो वे, कोई सदका खराब दे दियो, मेरे मुंडे दा व्याह हो जाए। ओ कल ओदे तो गोश्त वार के सुटिया, एदे नाल जिहड़ी काली बिल्ली नहीं फिरदी ओ चुक के लै गई। हाय लाडिया, अज तेरा प्यो जिंदा हुंदा ते तेरी जरूरत नहीं सी इन्नी खप पाउण दी। मिंटां च व्याह हो जाना सी। वे लाडिया, तू सारी जिंदगी मेरी मन के चलिया, आज भी मेरी मन, डाके मार, चोरियां कर, कर्जे ले, बैंकां नूं लुट, पर मेरी कंड ना लगन दई। ना जी ना, ओ वड्डे लोग ने, व्याह ते पूरी पहाड़ा नाल होएगा। ओ मेनू तां दसो, ओ भाई किनू किनू सदा देना ते किनू नहीं देना? पूरे पिंड नूं सदा दे दो ते नाले ना मसीती जाके ऐलान भी करा दो। हाय वे लाडिया। हेलो कर लो गल। ओ गोगे, ओ हेलो, की होया? मैं परेशान बैठा, तू धमाला पाई जा रहे? मैं तेरी सुखना सुखी हुई सी कि मेरे बीरे दे दिन रखे जाणगे, मैं दिन रात शुगर लाऊं। मैं ना तेनू शुगर छड़ के 2-3 ला ना दिया? शुगर ला रहा सी, इधर बै। ओ सिर नूं हलावांगे तां कोई आइडिया आऊगा। ले आ गया ही। ओ कौन आ गया? ओ आइडिया आ गया भाई। की? चल उठ चलिए। किधर? मंगण। बहुत अच्छे, हुण मैं अपने ब्याह वास्ते चौक च बह के मंगा? नहीं नहीं, पंजाब असेंबली दे सामने चले जाने हैं। ओ कर्जा लवांगे तां ब्याह होऊगा। पर कित्थों? ओ अपना IMF कौन आ, चौधरी असगर, ओने कद कम आउणा अपने। गोगे तू ना सारी जिंदगी कुछ चंगा ना सोची, तैनूं पता ओदियां शर्तां दा? ओ कमलिया, ओ औखे वेले खोते नूं भी प्यो कह देईदा वा। ओ ना भी ना, मेरे को नहीं कहा जांदा। ओ चल मैं कह दूंगा, कर्जा तां लईए ओदे कोलों। ना यार, ये स्कीम नहीं समझ आती भाई मेरे। ओ, यार गल सुन, ओ, गल सुन, गल सुन। पूरी हयाती आपां लोकां दे काम आया ना। हाँ। हुण साडा औखा वेला। आहो। ओ यार साडे नाल भी तां कोई खड़ूगा ना? खड़ूगा, खड़ूगा क्यों नहीं? ते फिर खड़िए, साडे ते रब दी मेहर नहीं हैगी? बिल्कुल है वे। चल फिर उठ। चल। वेखी जाऊगी बशर्म हो के, देखदे की बनदा। कल तो साड़ी पैली ते ऐस ट्रैक्टर दे टायर चलन गए। हाँ जी। अगले महीने कमेटी निकलनी है, तुसी रख लेना।
बाकी पैसे ट्रैक्टर चला के मोड़ देंगे। तेरी अद्धी गल दी तां समझ आ गई आ, पर अद्धी गल तेरी चंगी नहीं लगी। तू आए घर कमेटी कर दई ते ट्रैक्टर पैसे पूरे होने तो बाद आके लै जी। हाँ चौधरी साहब। और चल मुड़िया मित्रां नूं जरा बाहर छड के आओ। और जरा प्यार नाल। हाँ जी। आ बिस्मिल्ला बिस्मिल्ला। आ बड़े लोग और साढ़े वेड़े आए। और चाह धरिए या सोडा रखिए जनाब की खिदमत। आ मंजिल आ मुड़िया। और बहो बहो चौधरी साहब, मैंने कुछ पैसे चाहिए ने। तोड़ियां जड़ियां भी शर्तां होंगियां मैं पूरियां करांगा। ओ गल ही कोई नहीं जी, ये सारे तुहाडे आ। ओ पर भाइया लिखत पढ़त जरूरी आ। बस ट्रैक्टर की कापी इत्थे रखो ते नोटां की कापी चुक लो। हाँ जी। ठीक है, मैं सोच के दसांगा तुहानूं। सोचो सोचो, ओ सोचने की कड़ी पाबंदी है। सोचो। चल चलिए। ओ मुंडियो, ओ कोई लस्सी पानी का बंदोबस्त करो। ओ जा तू कि मेरा मुंह वेखण डिया, जा तू भी फट के लिया। आहो ओ दुध चो के लियावी। लाडी पुत्र, रब सोने दी मेहर नाल कल तेरी मंगनी हो जाऊगी। कल तू अपने सहुरे घर टुर जाना है। मैं तेरी सकी मां ते नहीं, लेकिन मां वर्गी ते है ना। मैं तेरे को एक गल पूछना चाहनी हाँ। वेख लाडी, जे तां तेरे दिल च कोई गल होवे ते तू मैनू दस सकनी है पुत्र। मां एक केहो जी गल्ला करदे पए हो। मैं तुहानू हमेशा अपनी मां समझिया ते मैनू पता है तुसी मेरे लिए जो सोचिया ओही ठीक है। मैं सदके जावा जुग जुग जी। रब सोना तेरे ते हमेशा मेहर बनाई रखे। अच्छा हुण मैनू एक गल दस, तू लाडे दी फोटो ते वेखी है ना। खोते दा पोता ना होवे ते तेनू यही काम आ। ओ मेरा यार आ, की होया जे उहदे नाल मैं फेर लिया। ओ चल आजा आजा, चल आपां रल के सोने। ले चल चल, तू सौ जा, तू परेशान ना हो। चल आ जा। गोगे। हाँ लाडे। यार कोई सलाह दे, कर्जा ना चुकना पे। व्याह ही रुकवा दे। जनाब दी शक्ल ते बकायदा लानत। ओए आवी घबरा ना, रब ढो मेल ला दूगा। ओहो मां जी, तुसी किधर आ गए? मैं आप ही चाह ले आंदा। कोई गल नहीं, मैं ले आई तो की होया है। ओ ना, मैं तेरी वड्डी भैन ते रिश्तेदार नु टेलीफोन कर छड्या। अच्छा। के तेल मेहंदी ते आ जाना। ओ कोई पैसियां दा बंदोबस्त होया है? ओ बेबे, सानू ता कोई बंदा पैसे देण लई तैयार नहीं हैगा। एक बंदा साडा औखा वेला कढा सकदा वा, ओ लाडा नहीं मानदा। ओ यार ओ बंदा वा, शर्तां सुनिया तू ओदियां? ओ टाइम कड्डी दा हुंदा वा अपना। पा टाइम सादगी नाल भी गुजर जाएगा। मैं कहता मैं किसी कोल कर्जा नहीं लेना जी। साड़ी तकदीर नू पता नहीं की हो गया है। पर लाडिया तू मेरी कंड ना लगन दई। पुत्रा तेरी वड्डी भैन भी रोन डई सी कि मेरी कोई तैयारी नहीं है, ना मेरे बच्चा कोल कपड़ा ना मेरे कोल। छोटी भी रोन डई है, मैं दस की करा, मेरा तो अपना कलेजा पाटन डिया।
ओ बस कर दो मां जी बस कर दो खुदा दा वास्ता जे हौसला करो मां जी हौसला मैं तुहाडा ते अपनी भैण दे हथरों दा मुल पावांगा किसी भी तरीके नाल पैसे दा इंतजाम करांगा चल रब तेरी मदद करे सो जाओ मैं थल्ले जानी हां बहुत अच्छे इमोशनल सीन सुना के साडी नींद अड़ाती हुण कहंदी सो जाओ हुण नींद किथे इन्ने अरसे च मैं अपने आले दुआले दे सारे पिंडां नूं करदाई कीता है और ना ही कदी तेरे अब्बे ने ते ना ही कदी तू करदा मंगया है ओए एड्डी कड़ी मजबूरी बन गई कि तू मेरे कोलों ही करदा मंग लिया चौधरी साहब औखे वेले बंदे ते आंदे रहिंदे ने कोई ना यह वेला भी निकल ही जाएगा नाले मैं थोड़िया सारिया शर्त मन के आया हूं तुसी टेंशन ना लो जे तू मैनू अपनी मजबूरी सुना के मदद मंग लें ते एवें थोड़ी जी मिन्नत कर लें खुला टाइम कोई शर्त नहीं ना चौधरी ना मैनू मैसी ने कहा मैं किसी का तरला ना करा तो मैं भी वो वादा किया मैं छेती पैसे दे के उन्होंने अपने नालों जुदा नहीं होगा तुसी कागज बनाओ तो मैं दसो मैं सैन अंगूठा कितने करना लाडी लाडी अल्लाह दस मैं सदके जावा अपनी धी नूं खुश वेख के अखियां नूं ठंड पै गई है जी करदा है ननकाने साहब जाके मत्था टेक के आवां जे तू मेरे नाल चले ते क्यों नहीं माँ जी जरूर चलांगी पर जे तुसी एक वारी अब्बा कोलों पूछ लवो फिर गल बन जाओ हाँ हाँ क्यों नहीं मैं हुणे जाके पा बशीर नूं पुछनी आ जी फिर आपां दोवे मत्था टेकन चलांगे ठीक आ चल अच्छा अच्छा पाजी मैं तुहाडे नाल इक गल करनी सी बोल भैण मेरी है की गल करनी है पाजी असल च ना मैं एक सुखना सुखी सी कि जदों मेरी धी लाडी का विआह होएगा ना तो मैं गुरुद्वारे जाके मत्था टेकांगी तो नाले अपनी धी नूं ही नाल लैके जावांगी तुहाडी इजाजत चाहीदी सी प्रदीप कौर लदस खां यह कोई करन वाली गल है भैण मेरी है लाडी तेरी भी धी है इहदे च पुछण वाली कीड़ी गल है जो तैनूं चंगा लगता है तू कर मैनूं भला की इतराज़ हो सकता है रब सोहणा तुहाडे ते हमेशा अपनी मेहर बनाई रखे तुसी मेरा हमेशा मान रखे वीर जी लो असी फिर हुण तैयारियां कर लीए आ लाडी अच्छा वीर जी हो सुना बंबू की हाल है किदा मैं ठीक ठाक तू सुना सुने बवा करेंदा पिए ओ यार बंबू मुछा ही बधाई ना थोड़ा समान भी बधा ओ यार लब्बे गल ते कर लेंदे चंगा भी बंबू अब मेरे दोवां वीरां नूं ना तू समान विखाना वा वधिया ठीक आ ते जेड़ा ही पसंद करना ओहो ही फाइनल करना वा साडे कोल बड़े वधिया बर्तन ने आ राजू खावे ने ओरा जग आ वेखो कच दा आ गिलास भी लई आ गिलास वेखो वधिया किस्म दे तुसी भी वेखो ये तो सारे ही चंगे आ एदे नाल दे करदे भांडे नहीं ओ नहीं कोई कच कुच ते नहीं करने असीं वजा टुट जाण किसे दे हाथ ते लगे किसे दे पैर ते असीं परौणियां नूं हस्पताल लै के फिरदे रहांगे ओ यार मेरी गल सुन ब्याह मां च बर्तन बुर्तन तां टुटदे ही आ गल सुन भाई
ਵਧੀਆ ਦੇਣੇ ਬਰਤਨ। ਅਸੀਂ ਤਾਂ ਘਰ ਕਦੀ ਮਾੜੇ ਭਾਂਡੇ 'ਚ ਨਹੀਂ ਖਾਧਾ। ਤੈਨੂੰ ਤਾਂ ਘਰ ਛੋਰਾ ਪੀਣ ਲਈ ਪਿਆਲੀ ਨਹੀਂ ਲੱਭਦੀ। ਉਹ ਬਹਿ ਜਾ, ਸਾਰੀ ਜ਼ਿੰਦਗੀ ਤੁਸੀਂ ਕੱਚੇ ਭਾਂਡੇ ਬਣਾਏ ਆ, ਤੁਹਾਨੂੰ ਕੀ ਪਤਾ ਡਿਨਰ ਸੈੱਟ ਕੀ ਹੁੰਦਾ। ਉਹ ਇਹ ਨਹੀਂ ਲੈਣੇ ਭਾਈ, ਤੇਰਾ ਕਿਹੜਾ ਕੋਈ ਟਕਾ ਲੱਗਾ ਵਾ ਜਿਹੜਾ ਬੋਲੀ ਜਾਂਦਾ ਵਿੱਚ। ਐਵੇਂ ਨਹੀਂ ਲੈਣੇ, ਲੈਣੇ ਆ ਭਾਈ, ਉਹੀ ਦੇ ਤੂੰ। ਉਹ ਲਾਡੇ ਯਾਰ ਸਮਝਾ ਇਹਨੂੰ ਆਪ। ਲਾਡੇ ਸਮਝਾ ਇਹਨੂੰ, ਉਹ ਲਾਡਾ ਡੀਸੀਓ ਲੱਗਾ ਮੇਰੇ ਤੇ। ਮੈਂ ਤੇ ਨਹੀਂ, ਮੇਰਾ ਵੀਰ ਲੱਗਾ, ਪਰ ਘਰ ਤੇਰਾ ਡੀਸੀਓ ਬੈਠਾ। ਉਸੇ ਡੀਸੀਓ ਨੇ ਤੇ ਨਾਲ ਭੇਜਿਆ ਤੇਰੇ। ਵਾਪਸ ਨਹੀਂ ਜਾਣਾ? ਜਾਣਾ, ਲੇਕਿਨ ਮੈਂ ਸਮਾਨ ਵਧੀਆ ਲੈ ਕੇ ਜਾਣਾ। ਓਏ, ਅਸੀਂ ਨਹੀਂ ਭਾਂਡੇ ਭੁੰਡੇ ਲੈਣੇ ਕੱਚ ਦੇ। ਓ ਯਾਰ, ਤੂੰ ਕੌਣ ਹੋਣਾ ਰੋਕਣ ਵਾਲਾ? ਮੈਂ ਲਾਡੇ ਦਾ ਦੋਸਤ ਹਾਂ। ਓ ਭਾਈ, ਬਸ ਕਰੋ, ਗੱਲ ਸੁਣ। ਇਹਨਾਂ ਦੇ ਸਿਰ 'ਚ ਨਾ ਸਟੀਲ ਦੇ ਭਾਂਡੇ ਮਾਰ, ਠੀਕ ਹੈ ਨਾ? ਓ ਮੈਨੂੰ ਜਿਹੜੇ ਭਾਂਡੇ ਮਾਰ ਲੈ, ਉਹ ਜਿਹੜਾ ਭਾਂਡਾ ਇਹਨੂੰ ਮਾਰੂ ਉਹਦੇ 'ਚ ਕੋਈ ਖਾਊਗਾ? ਗੱਲਾਂ ਦੇਖ ਤੇ ਇਹਦੀਆਂ ਕੀ ਕਰਦਾ, ਅਸੀਂ ਕੱਚ ਦੇ ਭਾਂਡੇ ਨਹੀਂ ਲੈਣੇ। ਗੱਲ ਸੁਣ, ਤੁਸੀਂ ਜਾਓ ਤਾਰੀ ਕੋਲ, ਸ਼ਾਬਾਸ਼, ਨਿਕਲੋ। ਤੰਬੂ ਨਵੇਂ ਦੇਣੇ ਆ ਤੂੰ, ਹਰ ਚੀਜ਼ ਨਵੀਂ ਦੇਣੀ ਆ, ਕੁਰਸੀਆਂ ਵੀ ਨਵੀਆਂ ਦੇਣੀਆਂ। ਓ ਚਲੋ ਚਲੋ, ਸ਼ਾਬਾਸ਼। ਤੂੰ ਤਾਂ ਪਾਗਲ ਲੱਗਦਾ, ਚੱਲ ਅੱਗੇ ਲੱਗ। ਓ ਗੱਲ ਸੁਣ, ਤੂੰ ਨਾ ਬੰਬੂ ਆਪਣੀ ਮਰਜ਼ੀ ਦੇ ਵਧੀਆ ਭਾਂਡੇ ਲੈ ਆਈ, ਠੀਕ ਆ? ਜਿਹੜੇ ਤੈਨੂੰ ਚੰਗੇ ਲੱਗਣ ਉਹੀ ਲੈ ਆਈ। ਠੀਕ ਹੈ, ਬੇਫਿਕਰ ਹੋ ਜਾਓ। ਚੱਲ, ਠੀਕ ਹੋ ਗਿਆ। ਹਾਏ ਹਾਏ, ਇਹਨੇ ਵੀ ਕੁੱਟਤੇ, ਇੱਕ ਤੇ ਪਿੱਛੇ ਪੈ ਗਿਆ ਤੇ ਇਹ 'ਚ ਜਾਨ ਨਹੀਂ ਹੈਗੀ। ਲਓ ਸਾਹਿਬ ਜੀ, ਕੁੱਟ ਦਿੰਦੇ ਜੂਰੇ। ਓਏ ਜੂਰੇ, ਇਹ ਕੀ ਹੋ ਰਿਹਾ? ਨਹੀਂ ਜੀ ਨਹੀਂ, ਪੱਲੇ ਸਿੱਧੇ ਕਰਦਾ ਪਿਆ। ਚਾਦਰਾਂ ਸਿੱਧੀਆਂ ਕਰਨਾ ਕਿ ਬੀਵੀ ਦੀਆਂ ਪਿੰਨੀਆਂ ਕੁੱਟਣਾ ਪਿਆ? ਕਦੇ ਨਹੀਂ ਜੀ। ਇਹ ਜਿਹੜਾ ਕਦੇ ਨਾ ਆਇਆ ਨਾ, ਇਹ 4 ਵਾਰੀ ਪਹਿਲੇ ਵੀ ਹੋ ਚੁੱਕਾ ਹੈ। ਓਏ ਓਏ, ਕੋਈ ਖੁਦਾ ਦਾ ਖੌਫ ਕਰ ਨਾ, ਤੈਨੂੰ ਜ਼ਰਾ ਜਿੰਨੀ ਵੀ ਹਜ਼ਾਰ ਸ਼ਰਮ ਨਹੀਂ ਆਉਂਦੀ? ਓਏ ਅੱਬਾ ਜੀ, ਮੈਂ ਕਿਹੜਾ ਨੰਗਾ ਬੈਠਾ ਹੋਇਆ? ਉਹ ਬਕਵਾਸ ਬੰਦ ਕਰ, ਘਰ 'ਚ ਵਿਆਹ ਚੱਲਣ ਡਿਆ ਹੈ, ਬੰਦਾ ਪੁੱਛ ਹੀ ਲੈਂਦਾ ਕਿ ਕੋਈ ਕੰਮ ਕਾਰ ਤਾਂ ਨਹੀਂ ਹੈਗਾ। ਚੱਲ ਮੇਰੇ ਨਾਲ, ਕੋਈ ਤੇਰੀ ਬੀਵੀ ਦੇ ਪੈਰਾਂ ਨੂੰ ਜੰਗ ਨਹੀਂ ਲੱਗ ਜਾਂਦਾ ਗਾ, ਚੱਲ। ਅੱਬਾ ਜੀ, ਇਹਨਾਂ ਗੱਲਾਂ ਨੂੰ ਛੱਡੋ, ਚਲੋ ਮੈਨੂੰ ਘਰ ਦੇ ਕੰਮ ਸਮਝਾਓ। ਉਹ ਮੇਰਾ ਵਸਦਾ ਘਰ ਨਾ ਪੁੱਟੋ। ਉਹ ਤੂੰ ਘਰ ਵਸਾ ਲੈ, ਬਾਕੀ ਕੰਮ ਬਾਅਦ 'ਚ ਵੇਖ ਲਾਂਗੇ। ਲੋਕੀ ਮੈਨੂੰ ਪੁੱਛਦੇ ਨੇ ਮੁੰਡਾ ਕਰਦਾ ਕੀ ਹੈ, ਕੀ ਦੱਸਾਂ ਮੈਂ ਉਹਨਾਂ ਨੂੰ ਕੀ ਕਰਦਾ। ਬਾਬੇ ਕੋਲ ਮੁਰੀਦ ਹੋਣ ਭੇਜਣਾ, ਪਰ ਰੰਗ ਮੁਰੀਦ ਹੋਇਆ ਬੈਠਾ ਹੁੰਦਾ। ਚੱਲ ਵੇ, ਉਹ ਤੇਰਾ ਪਲ ਹੋ ਜਾਏ। ਜੇ ਤੂੰ ਬਿਨੋਂ ਰਹਿਣਾ ਸੀ, ਮੈਨੇ ਜ਼ਰੂਰ ਵਿਆਹ ਕਰਾਉਣਾ ਸੀ। ਉਹ ਪਰਾਂ ਉਹ ਪਰਾਂ ਦਰੋਈ ਖੁਦਾ ਦੀ ਇਹ। ਲਾਡੀ ਪੁੱਤਰੇ ਜੀ, ਮਾਂ ਜੀ। ਮੈਂ ਸਦਕੇ ਜਾਵਾਂ, ਕਿੱਡੀ ਸੋਹਣੀ ਲੱਗ ਰਹੀ ਮੇਰੀ ਲਾਡੀ। ਚਲੋ ਚਲੋ। ਜੂਰੇ, ਤੂੰ ਕੀ ਲੈਣ ਜਾਣਾ ਸੀ ਬਾਬੇ ਕੋਲ? ਤੂੰ ਤੇ ਇੱਥੇ ਮੱਥਾ ਟੇਕ। ਆਏ ਹੈ ਕੀ ਹੋ ਜਾਂਦਾ ਤੁਹਾਨੂੰ, ਤੁਸੀਂ ਵੀ ਨਾ। ਚਲੋ ਪੁੱਤਰ, ਚਲੋ ਚੱਲ ਲਾਡੀ। ਚਲੋ ਜੀ ਚਲੋ। ਉਹ ਗੋਗਿਆ ਕਰੀ ਆ, ਉਹ ਲੱਭਾ ਆ। ਆਹੋ, ਖੋਤੇ ਦਾ ਪੁੱਤ ਨਾ ਹੋਵੇ ਤੇ। ਇਸ ਡਿਜ਼ਾਈਨ 'ਚ ਹੋਰ ਹੈਗਾ ਤੇ ਉਹ ਦਿਖਾ। ਬਕ ਬਕ ਕਰਨਾ ਚਾਚਾ, ਜਦੋਂ ਇਸ ਘਰ 'ਚ ਆਇਆ ਤੁਸੀਂ ਪਿਓ ਪੁੱਤ ਬਾਂਦਰ ਕਿਲਾ ਹੀ ਖੇਡਦੇ ਹੁੰਦੇ ਹੋ। ਖੋਤੇ ਦਾ ਪੁੱਤ ਨਾ ਹੋਵੇ ਤੇ। ਓਏ ਅੱਬਾ, ਸਾਰਾ ਪਿੰਡ ਮੈਨੂੰ ਕਹਿੰਦਾ ਤੂੰ ਨਜ਼ੀਰ ਦਾ ਮੁੰਡਾ ਵਾ। ਮੈਂ ਜਦੋਂ ਘਰ ਆਉਂਦਾ ਵਾਂ, ਤੂੰ ਮੈਨੂੰ ਕਹਿੰਦਾ ਖੋਤੇ ਦਾ ਪੁੱਤ ਖੋਤੇ ਦਾ ਪੁੱਤ। ਇੱਕ ਫੈਸਲਾ ਕਰ ਲਓ, ਮੈਂ ਹੈ ਕਿਹਦਾ ਵਾਂ? ਆ ਪਿੰਡ ਵਾਲਿਆਂ ਦੀ ਤਾਂ ਪਰੇਸ਼ਾਨੀ ਮੁੱਕੇ। ਆ ਇੱਕ ਮਿੰਟ ਅੱਬਾ ਜੀ, ਆ ਜਰਾ ਮੈਂ ਨਜ਼ੀਰ ਨਾਲ ਗੱਲ ਕਰ ਲਾਂ। ਖੜ ਜਾ, ਖੋਤੇ ਦਾ ਪੁੱਤ ਨਾ ਹੋਵੇ ਤੇ। ਓ ਚਾਚਾ, ਓ ਚਾਚਾ ਖਲੋ ਜਾ, ਓ ਖਲੋ ਜਾ ਚਾਚਾ, ਕੀ ਹੋ ਗਿਆ? ਓ ਕੀ ਹੋ ਗਿਆ? ਗੱਲ ਤੇ ਸੁਣ, ਗੱਲ ਸੁਣ, ਗੱਲ ਸੁਣ। ਅੱਧੀ ਰਾਤ ਪਿੰਡ ਤਮਾਸ਼ਾ ਵੇਖੂਗਾ। ਓ ਯਾਰ, ਗੱਲ ਹੈ ਬਾਬ, ਚਾਚੇ ਨੂੰ ਦੱਸੀ ਤਾਂ ਸੀ। ਚਾਚਾ, ਮੇਰਾ ਵਿਆਹ ਵਾ ਤੇ ਤੁਹਾਨੂੰ ਪਤਾ ਆ, ਗੋਗੇ ਤੋਂ ਬਗੈਰ ਮੇਰਾ ਨਹੀਂ ਜੇ ਸਰਦਾ। ਇਹ ਜਿਗਰੀ ਯਾਰ ਆ ਆਪਸ 'ਚ। ਅੱਛਾ ਅੱਛਾ, ਪੁੱਤ ਤੂੰ ਦੱਸਿਆ, ਇਹਨੇ ਤਾਂ ਮੂੰਹ ਫੁੱਟਿਆ ਹੀ ਨਹੀਂ। ਓ ਤੂੰ ਦੱਸਿਆ ਨਹੀਂ? ਓ ਇਹਨੂੰ ਜੁੱਤੀਆਂ ਮਾਰਨ ਤੋਂ ਬੇਰ ਲੱਗੇ ਤਾਂ ਮੈਂ ਦੱਸਾਂ? ਖੋਤੇ ਦਾ ਪੁੱਤ ਨਾ ਹੋਵੇ ਤੇ। ਗੱਲ ਇਹ ਵਾ ਵੀ ਤੁਸੀਂ ਵਿਆਹ 'ਤੇ ਆਉਣਾ ਤੇ ਉੱਥੇ ਆ ਕੇ ਰੌਣਕ ਲਾਉਣੀ। ਠੀਕ ਹੈ ਠੀਕ ਹੈ, ਉਹ ਤੂੰ ਹੁਕਮ ਕਰ, ਆਰਡਰ ਲਾ ਮੈਨੂੰ। ਚਾਚਾ, ਉਹ ਵੱਡਾ ਖੋਤਾ ਸਾਨੂੰ ਦੇ ਦੇ, ਕਿਉਂਕਿ ਲਾਹੌਰੋਂ ਪ੍ਰਾਹੁਣੇ ਆ ਰਹੇ ਆ, ਬੜਾ ਖੁਸ਼ ਹੋ ਕੇ ਖਾਂਦੇ ਆ। ਓ ਲੱਭਿਆ, ਬਸ ਕਰਦੇ ਯਾਰ। ਚਾਚਾ ਇਜਾਜ਼ਤ ਦੇ, ਲੈ ਜਾਈਏ। ਹਾਂ ਲੈ ਜਾ, ਬੜੇ ਕੰਮ ਪਿਆ, ਬੜੇ ਕੰਮ ਪਿਆ, ਤੁਸੀਂ ਹੁਣ ਆਰਾਮ ਕਰੋ। ਉਹ ਚੱਲ ਨਿਕਲ ਵੀ, ਜਾਣਾ ਕਿ ਨਹੀਂ ਜਾਣਾ, ਇੱਕ ਹੋਰ ਚਿੱਥਾ ਖਾਣਾ। ਚਾਚਾ ਵਿਆਹ ਤੇ ਤੂੰ ਆਉਣਾ, ਤੇਰੇ ਬਗੈਰ ਸੱਜਣਾ ਨਹੀਂ ਕੰਮ। ਮੈਂ ਆਵਾਂਗਾ, ਟਾਈਮ ਨਾ ਆ ਜੀ, ਤੰਬੂ ਤੂੰ ਹੀ ਲਾਉਣੇ ਆ। ਸਰਕਾਰ ਵਿਆਹ ਤੇ ਨੰਗੇ ਪੈਰੀ ਆਵੀਂ, ਉਹ ਚੱਲ ਨਿਕਲ ਵੀ। ਓ ਖੋਤੇ ਦਾ ਪੁੱਤ। Thank you.
ਉਹ ਸੁਣਾ ਵੀ ਤਾਰੀ ਕੀ ਹਾਲ ਆ ਉਹ ਕੀ ਹੋ ਗਿਆ ਉਹ ਬੜਾ ਸਿਰ ਸੁੱਟਿਆ ਤਾਰੀ ਕੀ ਗੱਲ ਸੌਣ ਫੜਿਆ ਗਿਆ ਤੇਰਾ ਉਹ ਬਸ ਭਾ ਕੀ ਦੱਸਾਂ ਤੁਹਾਨੂੰ ਆ ਤਾਰੀ ਨੇ ਨਵਾਂ ਨਵਾਂ ਇਸ਼ਕ ਕੀਤਾ ਸੀ ਤਾਂ ਉਹਦੇ 'ਚ ਨਾਕਾਮੀ ਹੋ ਗਈ ਆ ਇਸੇ ਲਈ ਸੈਡ ਗਾਣੇ ਸੁਣ ਰਹੇ ਹਾਂ ਖੁਸ਼ੀ ਦੀ ਖਬਰ ਇਹ ਆ ਕਿ ਲਾਡੇ ਦਾ ਵਿਆਹ ਵਾ ਸਾਊਂਡ ਲਾਉਣਾ ਤੇ ਗਾਣੇ ਵਧੀਆ ਵਧੀਆ ਲਾਉਣੇ ਉੱਥੇ ਆ ਕੋਈ ਗੱਲ ਨਹੀਂ ਭਾਅ ਜੀ ਤਾਰੀ ਦੀ ਜਾਨ ਵੀ ਹੈ ਜ਼ਰਾ ਆਪਣੇ ਲਾਡੇ ਲਈ ਤੂੰ ਇੰਜ ਕਰੀ USB ਸਾਡੇ ਕੋਲ ਲੈ ਲਈ ਉਹ ਲਾ ਲਈ ਔਰ ਰਹਿਣ ਦੇ ਵੇਖੀ ਆ ਤੇਰੀ USB ਜਿਹੜੀ ਚੱਲਦੀ ਨਹੀਂ ਔਰ ਰਹਿਣ ਦੇ ਚਿੰਗਚੀ ਵਾਲੀ USB ਜਿੱਥੇ ਜੰਪ ਆਉਂਦਾ ਉੱਥੇ ਬੰਦ ਹੋ ਜਾਂਦੀ ਤੂੰ ਆਪਣੀ ਲਿਆਉਣੀ USB ਤਾਰੀ ਸਾਊਂਡ ਚੰਗਾ ਲਿਆਉਣਾ ਸਾਡੇ ਪਿੰਡ ਚੱਲਦਾ ਹੋਵੇ ਸੱਤਾਂ ਪਿੰਡਾਂ 'ਚ ਪਤਾ ਲੱਗੇ ਵੀ ਲਾਡੇ ਦਾ ਵਿਆਹ ਹੋ ਰਿਹਾ ਉਹ ਭਾ ਤਾਰੀ ਦਾ ਭਾਵੇਂ ਦਿਲ ਟੁੱਟਿਆ ਪਰ ਤਾਰੀ ਸਾਊਂਡ ਫਰੈਸ਼ ਲੈ ਕੇ ਆਇਆ ਔਰ 70 ਪਿੰਡ ਸੁਣਨਗੇ ਉਹ ਬੱਲੇ ਬਈ ਉਹ ਸਾਊਂਡ ਵਿਆਹ ਵਾਲਾ ਲਾਉਣਾ ਵਾ ਸਾਈਕਲ ਗਰਾਊਂਡ ਵਾਲਾ ਨਹੀਂ ਉਹ ਵਿਆਹ ਕਿਤੇ ਰੋਜ਼ ਰੋਜ਼ ਹੋਣਾ ਵਾ ਤਾਰੀ ਪੈਸੇ ਦੀ ਤੂੰ ਫਿਕਰ ਨਹੀਂ ਕਰਨੀ ਓਏ ਪੈਸੇ ਭਾਈ ਜਿਹੜੇ ਮੁਨਾਸਿਬ ਬਣਨਗੇ ਦੇਵਾਂਗੇ ਅਸੀਂ ਲਾਜ਼ਮੀ ਉਹ ਐਵੇਂ ਮੁਨਾਸਿਬ ਅਸੀਂ ਡਬਲ ਪੈਸੇ ਦੇਵਾਂਗੇ ਉਹ ਲਾਡੇ ਦਾ ਵਿਆਹ ਕਿਤੇ ਰੋਜ਼ ਰੋਜ਼ ਹੋਣਾ ਉਹ ਡਬਲ ਕਾਹਦੇ ਸਾਲ ਸਾਊਂਡ ਰੱਖਣਾ ਅਸੀਂ ਜਿਹੜੇ ਬਣਦੇ ਆ ਉਹੀ ਦੇਣੇ ਆ ਅਸੀਂ ਉਹ ਮੇਰੇ ਯਾਰ ਲਾਡੇ ਦਾ ਵਿਆਹ ਵਾ ਉਹ ਮੈਂ ਕੋਈ ਪੈਸਿਆਂ ਦੀ ਗੱਲ ਕੀਤੀ ਆ ਓਏ ਉਹ ਤੇ ਆਪਾਂ ਲੈਣੇ ਲਾਣੇ ਆ ਬੜੀ ਗੱਲ ਆ ਬਈ ਵੈਸੇ ਤੁਸੀਂ ਦੋਵੇਂ ਜਦੋਂ ਕਿਸੇ ਇੱਕ ਗੱਲ 'ਤੇ ਆ ਜਾਓਗੇ ਨਾ ਉਹ ਦਿਨ ਬੜੀ ਖੁਸ਼ੀ ਦਾ ਦਿਨ ਹੋਏਗਾ ਪਰ ਮੇਰੇ ਨਸੀਬ 'ਚ ਲੱਗਦਾ ਨਹੀਂ ਮੈਨੂੰ ਬਹਰਹਾਲ ਮੈਂ ਲੁੱਟ ਤਾਂ ਨਹੀਂ ਪੈਣ ਦਿੰਦਾ ਜੋ ਮਰਜ਼ੀ ਚੱਲ ਠੀਕ ਹੈ ਤਾਰੀ ਮੁਨਾਸਿਬ ਪੈਸੇ ਲੈਣੇ ਅਤੇ ਚੰਗਾ ਸਾਊਂਡ ਅਤੇ ਚੰਗੇ ਗਾਣੇ ਠੀਕ ਹੈ ਨਾ ਇਹ ਕਰ ਲਈ ਯਾਦ ਨਾਲ ਮੇਰਾ ਵੀਰ ਅਤੇ ਟਾਈਮ ਤੋਂ ਪਹਿਲੇ ਆ ਜਾਈ ਉਹ ਨਾ ਹੋਏ ਤੈਨੂੰ ਫੋਨ ਹੀ ਕਰਦੇ ਰਹੀਏ ਉਹ ਲਾਡਿਆ ਮੈਨੂੰ ਤਾਂ ਖੁਸ਼ੀ ਬੜੀ ਆ ਕਿ ਮੇਰੇ ਯਾਰ ਦਾ ਵਿਆਹ ਵਾ ਮੈਂ ਟਾਈਮ 'ਤੇ ਆ ਜੂੰ ਅਤੇ ਸਾਊਂਡ ਵੀ ਇੱਕਦਮ ਫਰੈਸ਼ ਲੈ ਕੇ ਆਊਂ ਠੀਕ ਹੈ ਵੀ ਤੁਸੀਂ ਨਾ ਇੱਥੇ ਕਰਕੇ ਆਪਣਾ ਘਰ ਪਹੁੰਚੋ ਅਤੇ ਮੈਂ ਜ਼ਰਾ ਨਾ ਕਾਡਾ 'ਤੇ ਕਰਕੇ ਆਇਆ ਠੀਕ ਹੈ ਫਿਰ ਉਹ ਕੋ ਚਾਹ ਪਾਣੀ ਉਹ ਆ ਜਾ ਬਹਿ ਜਾ ਇਹ ਜਾਣ ਲੱਗਿਆ ਨਹੀਂ ਕਹੀ ਦਾ ਆਉਣ ਲੱਗਿਆ ਕਹੀ ਦਾ ਉਹ ਜਿਹੜਾ ਜਾਂਦਾ ਉਹਨੂੰ ਰੋਕੀ ਦਾ ਨਹੀਂ ਉਹ ਚਲੋ ਹੁਣ ਇੱਕ ਚਾਹ ਘੱਟ ਗਈ ਆ ਤਾਰੀ ਦੋ 'ਤੇ ਮੰਗਾ ਉਹ ਚਾਹ ਦੀ ਕਿਹੜੀ ਗੱਲ ਆ ਉਹ ਮੁੰਡਿਆ ਉਹ ਦੋ ਦੁੱਧ ਪੱਤੀਆਂ ਲਿਆ ਮਲਾਈ ਮਾਰ ਕੇ ਬੜਾ ਸੋਹਣਾ ਕਾਰਡ ਛਪਿਆ ਮੇਰੇ ਲਾਡੇ ਦੇ ਵਿਆਹ ਦਾ ਉਹ ਪੈਸੇ ਵੀ ਤਾਂ ਸੋਹਣੇ ਹੀ ਲੱਗੇ ਆ ਤੂੰ ਚੁੱਪ ਨਹੀਂ ਰਹਿਣਾ ਬਹੁਤ ਅੱਛੇ ਹੁਣ ਮੈਂ ਘਰ ਜਵਾਈ ਵੀ ਰਵਾਂ ਤੇ ਚੁੱਪ ਵੀ ਰਵਾਂ ਇਹ ਕਿੱਥੋਂ ਦਾ ਅਸੂਲ ਨਹੀਂ ਭੱਜ ਕੇ ਜਾ ਪੈਲਸਰ ਫੜ ਕੇ ਲਿਆ ਸਭ ਤੋਂ ਉੱਤੇ ਮੇਰੀ ਭੈਣ ਬੁਸ਼ਰਾ ਦਾ ਨਾਂ ਲਿਖ ਬੁਸ਼ਰਾ ਲੱਖੋ ਡੈਰ ਉਹ ਰਹਿੰਦੇ ਔਰਤਾਂ ਦੇ ਨਾਂ ਥੱਲੇ ਲਾਈਦੇ ਆ ਅਸੀਂ ਕੋਈ ਥੱਲੇ ਲੱਗੇ ਆ ਆਹੋ ਕੋਈ ਸ਼ੱਕ ਹੈ ਤੁਹਾਨੂੰ ਉਹ ਚਲੋ ਉੱਤੇ ਹੀ ਲਿਖ ਲਓ ਫਿਰ ਹਾਏ ਜੇ ਅੱਜ ਮੇਰਾ ਭਰਾ ਜਿੰਦਾ ਹੁੰਦਾ ਨਾ ਤੇ ਸਭ ਤੋਂ ਪਹਿਲਾਂ ਨਾ ਮੇਰੇ ਕੋਲ ਪੁੱਛ ਕੇ ਲਿਖਦਾ ਹਾਂ ਉਹ ਤੁਸੀਂ ਤੇ ਮੈਨੂੰ ਪਰਾਇਆ ਕਰ ਦਿੱਤਾ ਕੱਢ ਦਿੱਤਾ ਖਾਨਦਾਨ ਚੋਂ ਮੈਨੂੰ ਉਹ ਕੀ ਹਾਲਤ ਆਇਆ ਜੀ ਪਹਿਲੇ ਮੇਰੇ 'ਚ ਵੈਗਨ ਵੱਜੀ ਆ ਹੁਣ ਵੱਜ ਜਾਊ ਓਏ ਉਹ ਤੂੰ ਨਾ ਬੋਲੋ ਏ ਸਲਾਮ ਅਲੈਕੁਮ ਤਾਇਆ ਜੀ ਜਿਉਂਦੀ ਰਹਿ ਪੁੱਤ ਸਲਾਮ ਭਾਅ ਜੀ ਕੀ ਹਾਲ ਨੇ ਠੀਕ ਬਿਲਕੁਲ ਠੀਕ ਬਸ ਅੱਜ ਮੈਨੂੰ ਪਤਾ ਲੱਗਾ ਕਿ ਮੇਰਾ ਭਰਾ ਨਹੀਂ ਤੇ ਮੇਰੀ ਇਸ ਘਰ 'ਚ ਕੋਈ ਇੱਜ਼ਤ ਨਹੀਂ ਉਹ ਬਾਜੀ ਇਹੋ ਜਿਹੀਆਂ ਗੱਲਾਂ ਕਿਉਂ ਕਰਦੇ ਹੋ ਉਹ ਤਾਇਆ ਜੀ ਤੁਹਾਨੂੰ ਕਾਰਡ ਦੇਣ ਦੀ ਕੀ ਜ਼ਰੂਰਤ ਆ ਅੱਛਾ ਮੈਨੂੰ ਤੇਰੇ ਕੋਲ ਨਾ ਇਸ ਤੋਂ ਵੱਧ ਉਮੀਦ ਆ ਉਹ ਸੱਸ ਦੀਆਂ ਰੋਟੀਆਂ ਟੁਕੜਿਆਂ ਤਾਇਆ ਜੀ ਤੁਸੀਂ ਬੈਠੋ ਮੈਂ ਪਾਣੀ ਲੈ ਕੇ ਆਉਂਦੀ ਹਾਂ ਉਹ ਨਾ ਰਹਿਣ ਦੇ ਪਾਣੀ ਦੀ ਕੀ ਲੋੜ ਆ ਤਾਇਆ ਨਹਿਰੋ ਨਹਿਰ ਤਾਂ ਆਇਆ ਹਾਂ ਤਾਇਆ ਨੇ ਤਾਂ ਸੈਂਚਰੀ ਕੀਤੀ ਆ ਉਹ ਪੁੱਤ ਪਾਣੀ ਨਹੀਂ ਬੋਤਲ ਲੈ ਕੇ ਆ ਉਹ ਤਾਇਆ ਸੀ ਵਿਆਹ ਤੇ ਮਨਾ ਕੀਤਾ ਕਿਸੇ ਮੁੰਡੇ ਨੇ ਬੋਤਲ ਬਾਤਲ ਨਹੀਂ ਪੀਣੀ ਓਏ ਹੋ ਅਲੀ ਬੋਤਲ ਨਹੀਂ 500 ਵਾਲੀ ਬੋਤਲ ਓਹੋ ਭਾਜੀ ਬੈਠੋ ਆਹ ਭਾਜੀ ਲੱਭੇ ਦਾ ਮਤਲਬ ਇਹ ਨਹੀਂ ਸੀ ਲੱਭੇ ਦਾ ਮਤਲਬ ਹੈ ਤੁਸੀਂ ਘਰ ਦੇ ਵੱਡੇ ਹੋ ਤੁਹਾਨੂੰ ਸੱਦਾ ਦੇਣ ਦੀ ਕੀ ਲੋੜ ਹੈ ਇਹ ਸਾਰੇ ਕੰਮ ਤੁਸੀਂ ਕਰਨੇ ਨੇ ਨਾ ਮੈਂ ਕੀ ਕਮੀ ਆ ਇਹਦੇ 'ਚ ਸ਼ੱਕ ਵੀ ਕੀ ਆ ਓਏ ਉਹ ਤੇਰਾ ਬੋਲਣਾ ਨਹੀਂ ਬਣਦਾ ਓਏ ਤੂੰ ਸੱਸ ਦੇ ਘਰ 'ਚ ਰਹਿਣਾ ਤਾਇਆ ਕਹਿਣ ਦਾ ਮਤਲਬ ਇਹ ਆ ਹਜੇ ਦੇਗਾਂ ਪੱਕਣ ਵਾਲੀਆਂ ਤੰਬੂ ਲੱਗਣ ਵਾਲੇ ਆ ਆ ਮੰਜੀਆਂ ਬਿਸਤਰੇ ਇਕੱਠੇ ਕਰਨ ਵਾਲੇ ਆ ਨਿਉਂਦਰੇ 'ਚੋਂ ਵੀ ਪੈਸੇ ਤੂੰ ਹੀ ਟੁੱਕਣੇ ਅੱਛਾ ਉਹ ਨਿਉਂਦਰਾ ਕੋਈ ਵੱਖਰਾ ਨਹੀਂ
ਜਿੰਦ ਚ ਪੈਸੇ ਟੁਕਣੇ ਆ ਉਹ ਇੱਕ ਲੱਤ ਲੈ ਕੁਕੜ ਉਹ ਤੁਸੀਂ ਆ ਗਏ ਹੋ ਹੁਣ ਸਾਰੇ ਕੰਮ ਤੁਸੀਂ ਆਪਣੇ ਸਿਆਣੇ ਹੱਥੀ ਕਰਨੇ ਆ ਬਸ ਫਿਰ ਠੀਕ ਆ ਮੈਂ ਆ ਗਿਆ ਨਾ ਹੁਣ ਤੁਹਾਡੇ ਸਾਰਿਆਂ ਦੀ ਟੈਨਸ਼ਨ ਗਈ ਆ ਮੋਕ ਮੈਨੂੰ ਤਾਂ ਲੱਗਦਾ ਸਾਡੀ ਟੈਨਸ਼ਨ ਗਈ ਆ ਵੱਧ ਤੂੰ ਬੜੀਆਂ ਵੱਧ ਵੱਧ ਗੱਲਾਂ ਕਰਨਾ ਉਹ ਨੱਕ ਚ ਮਾਰਨ ਲਈ ਉਂਗਲ ਚਾਚਾ ਉਂਗਲ ਠੀਕ ਆ ਲੇਕਿਨ ਜਗ੍ਹਾ ਚੇਂਜ ਕਰ ਲੈ ਭਾਜੀ ਛੱਡੋ ਇਹਨਾਂ ਗੱਲਾਂ ਨੂੰ ਇਹ ਕਾਰਡ ਵੇਖੋ ਸ਼ਾਦੀ ਦਾ ਨਵਾਂ ਵਿਆਹ ਕਰਨ ਲੱਗੀ ਆ ਹੈ ਹੈ ਕੀ ਹੋ ਗਿਆ ਹੈ ਲਾਡੇ ਦੇ ਵਿਆਹ ਅੱਛਾ ਵਾਹ ਵੀ ਵਾਹ ਆਪਣੇ ਲਾਡੇ ਦਾ ਵਿਆਹ ਵਾ ਕੀ ਹੋਇਆ ਮੇਰਾ ਨਾਂ ਫੇਰ ਸਭ ਤੋਂ ਥੱਲੇ ਕੋਈ ਗੱਲ ਨਹੀਂ ਥਾਣੇ 'ਚ ਮੈਂ ਉੱਤੇ ਹੀ ਲਿਖਾਇਆ ਤੇਰੇ ਤੋਂ ਮੈਨੂੰ ਇਹੀ ਉਮੀਦ ਆ ਓਏ ਓ ਜੂਰਿਆ ਓ ਕੋਈ ਤੇ ਅਕਲ ਨੂੰ ਹੱਥ ਮਾਰ ਘਰ 'ਚ ਵਿਆਹ ਹੈ ਕੋਈ ਤੇ ਕੰਮ ਆਪਣੇ ਜ਼ਿੰਮੇ ਲੈ ਲੈ ਲੋ ਜੀ ਹੁਣ ਤੱਕ ਅਸੀਂ ਕੱਢਦੇ ਆਏ ਹਾਂ ਹੁਣ ਅਸੀਂ ਆਪਣਾ ਕੁਛ ਨਾ ਕਰੀਏ ਐ ਲੈ ਫੜ ਓ ਤੂੰ ਮੂੰਹ 'ਚ ਜੀਭ ਚੂਰਨ ਚੱਟਣ ਲਈ ਰੱਖੀ ਹੋਈ ਹੈ ਤੇਰੇ ਕੋਲੋਂ ਨਹੀਂ ਬੋਲਿਆ ਜਾਂਦਾ ਇਹ ਵਕੀਲ ਨਹੀਂ ਮੇਰੇ ਅੱਗੇ ਖਿਲਾਰਦੀ ਹੈ ਕੀ ਗੱਲ ਖੈਰ ਤਾਂ ਹੈ ਅੱਜ ਤਾਂ ਵਿਹੜੇ 'ਚ ਕਚਹਿਰੀ ਲਾਈ ਬੈਠੇ ਹੋ ਲਓ ਜੀ ਮੇਰੇ ਤਾਂ ਸਾਰੇ ਕੰਮ ਨਿਬੜ ਗਏ ਨੇ ਤੁਸੀਂ ਆਪਣੇ ਦੱਸੋ ਕਿਹੜੇ ਕੰਮ ਰਹਿ ਗਏ ਨੇ ਉਹ ਕੋਈ ਕੰਮ ਹੋਇਆ ਹੋਵੇ ਤੇ ਦੱਸਾਂ ਨਾ ਹਰਾਮ ਅਜਿਹੀ ਕੰਮ ਵੀ ਕੀਤਾ ਹੋਵੇ ਇਹਨੇ ਕਿਉਂ ਭਾਜੂ ਨੇ ਕੋਈ ਕੰਮ ਨਹੀਂ ਕੀਤਾ ਉਹ ਬੀਵੀ ਦੀ ਬੁੱਕਲ 'ਚੋਂ ਮੂੰਹ ਬਾਹਰ ਕੱਢੇ ਤੇ ਕੁਛ ਕਰੇ ਨਾ ਆਪਣੇ ਵਿਆਹ 'ਤੇ ਇੱਕ ਇੱਕ ਦੇਖਦਾ ਇੱਕ ਇੱਕ ਚੌਲ ਦਾ ਦਾਣਾ ਗਿਣਦਾ ਸੀ ਇਹ ਹੁਣ ਭੈਣ ਦੀ ਵਾਰੀ ਆਈ ਹੈ ਤੇ ਪਾਸੇ ਹੀ ਬਦਲ ਗਏ ਨੇ ਇਹਦੇ ਮੈਂ ਇਕੱਲਾ ਬੰਦਾ 50 ਕਿੱਲਾ ਸਾਂਭੀ ਬੈਠਾ ਤੇ 100 ਕਿੱਲਿਆਂ ਦੀ ਪਾਗ ਤੁਸੀਂ ਸਿਰ ਤੇ ਰੱਖੀ ਹੋਈ ਹੈ ਤੇ ਵਿੱਚੋਂ 25 ਕਿੱਲੇ ਬਾਗਾਂ ਦੇ ਨਾਂ ਤੇ ਵੀ ਹੈ ਨਾ ਜ਼ਮੀਨਾਂ ਦੇ ਕੰਮ ਸੰਭਾਲਾਂ ਕੇ ਵਿਆਹ ਸ਼ਾਦੀਆਂ ਦੇ ਰੋਲੇ ਮੁਕਾਵਾਂ ਓ ਬਿਸਮਿਲ੍ਲਾ ਆ ਜਾਓ ਸਤਿ ਸ੍ਰੀ ਅਕਾਲ ਜਿਉਂਦੀ ਰਹੇ ਭੈਣ ਮੇਰੀ ਬੈਠੋ ਜੁਰਿਆ ਹੁਣ ਤੁਹਾਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ ਹੈਗੀ ਦੇਗਾਂ ਵਾਲੇ ਨੂੰ ਵੀ ਮੈਂ ਕਹਿ ਦਿੱਤਾ ਤੇ ਕਾਢਾਂ ਵਾਲੇ ਨੂੰ ਵੀ ਮੈਂ ਕਹਿ ਕੇ ਆਇਆ ਕੱਲ ਉਹ ਆਏਗਾ ਜਿਹੜਾ ਵੀ ਡਿਜ਼ਾਈਨ ਪਸੰਦ ਕਰੋਗੇ ਬਣ ਜਾਏਗਾ ਅਜੀਓ ਮੰਦਰ ਸਿਆ ਜੀਂਦਾ ਰਹਿ ਲੈ ਬਈ ਬੰਦੇ ਨੇ ਅਗਰ ਯਾਰੀ ਦਾ ਮੁੱਲ ਪਾਉਣਾ ਸਿੱਖਣਾ ਹੋਵੇ ਨਾ ਤੇ ਮਹਿੰਦਰ ਸਿਆ ਕੋਲੋਂ ਸਿੱਖੇ ਮੈਂ ਜੀ ਮਿੱਠਾ ਨਾਈ 559 ਚੱਕ ਚੋਂ ਲਾਡੇ ਦੇ ਵਿਆਹ ਦਾ ਸੱਦਾ ਲੈ ਕੇ ਆਇਆ ਤੇ ਮੈਂ ਕੀ ਕਰਾਂ ਉਹਨਾਂ ਨੂੰ ਕਿਹਾ ਸੀ ਨਹੀਂ ਆਣਾ ਇੰਜ ਨਾ ਕਰੋ ਜੀ ਤੁਹਾਡੇ ਲਾਡੇ ਦਾ ਵਿਆਹ ਏ ਸਾਡਾ ਇੰਨਾ ਹੀ ਲਾਡਾ ਹੁੰਦਾ ਤੇ ਸਾਡੇ ਕੋਲੋਂ ਪੁੱਛ ਕੇ ਕੁਛ ਕਰਦੇ ਇਸ ਤਰ੍ਹਾਂ ਕਾਲੀਆਂ ਨਾ ਕਰਦੇ ਉਹ ਚਲੋ ਮੈਨੂੰ ਸ਼ਗਨ ਪਾਓ ਮੈਂ ਅੱਗੇ ਵੀ ਜਾਣਾ ਤੇਰਾ ਵਿਆਹ ਐ ਤੇ ਵਾਪਸੀ ਦਾ ਕਿਰਾਇਆ ਤੇ ਮੈਨੂੰ ਕੋਈ ਸ਼ਗਨ ਵੀ ਦਿਓ ਨਾ ਤੇਰਾ ਇੰਨਾ ਹੀ ਬੰਦਾ ਨਿਕਲ ਮੈਂ ਜੀ ਮਿੱਠਾ ਨਾਈ 559 ਚੱਕ ਚੂ ਲਾਡੇ ਦੇ ਵਿਆਹ ਦਾ ਸੱਦਾ ਲੈ ਕੇ ਆਇਆ ਜੀ ਹਾਏ ਮੇਰੇ ਭਰਾ ਲਾਡੇ ਦਾ ਵਿਆਹ ਹੈ ਹਾਂਜੀ ਹਾਏ ਸੱਚੀ ਦੱਸ ਹਾਂਜੀ ਸੱਚੀ ਮੈਨੂੰ ਤਾਂ ਯਕੀਨ ਹੀ ਨਹੀਂ ਆ ਰਿਹਾ ਲੈ ਝੂਠ ਤੇ ਨਹੀਂ ਬੋਲ ਰਿਹਾ ਕਿਤੇ ਤੂੰ ਸੱਚੀ ਦੱਸ ਹਾਂਜੀ ਸੱਚੀ ਯਾ ਅੱਲਾ ਸ਼ੁਕਰ ਹੈ ਤੇਰਾ ਐ ਫੜ ਪੈਸੇ ਐ ਮਿਠਾਈ ਲੈ ਲਈ ਤੇ ਹੁਣ ਤੂੰ ਜਾ ਵੈਸੇ 500 ਥੋੜਾ ਨਹੀਂ ਜਾ ਤੂੰ ਅੱਛਾ ਮੈਂ ਜੀ ਮਿੱਠਾ ਨਾਈ 559 ਚੱਕ ਚੂ ਦੱਸ ਕਿਵੇਂ ਆਇਆ ਲਾਡੇ ਦੇ ਵਿਆਹ ਦਾ ਸੱਦਾ ਲੈ ਕੇ ਆਇਆ ਜੀ ਨਾ ਸਾੜ ਪਾਉਣ ਲਈ ਪਹਿਲੇ ਘੱਟ ਗੱਲਾਂ ਸਨ ਜਿਹੜਾ ਤੂੰ ਸਾਡੇ ਜ਼ਖਮਾਂ ਤੇ ਨਮਕ ਲਾਉਣ ਵਾਸਤੇ ਆ ਗਿਆ ਹੈ ਚੱਲ ਜਾ ਦਫਾ ਇੱਥੋਂ ਨਹੀਂ ਅੰਮਾ ਇਹਦੇ ਕੋਲੋਂ ਕਾਰਡ ਲੈ ਲੈ ਤੈਨੂੰ ਖੁਸ਼ ਕਰ ਦੇ ਇੰਨੀ ਗੱਲ ਸੀ ਬਸ ਮੈਨੂੰ ਖੁਸ਼ ਕਰੋ ਤੇ ਮੈਂ ਆਪਣੇ ਘਰ ਨੂੰ ਕਰ ਦਿੱਤਾ ਹੈ ਖੁਸ਼ ਤਾਇਆ ਜੀ ਸਾਰੇ ਕੰਮ ਹੀ ਹੋ ਗਏ ਨੇ ਕਾਰਡ ਵੀ ਵੰਡੇ ਗਏ ਨੇ ਤੇ ਅੰਨ ਪਾਣੀ ਦਾ ਇੰਤਜ਼ਾਮ ਵੀ ਹੋ ਗਿਆ ਤੇ ਤੰਬੂ ਕਨਾਤਾਂ ਵੀ ਲੱਗ ਗਈਆਂ ਨੇ ਹੁਣ ਮੇਰਾ ਨਹੀਂ ਖਿਆਲ ਕਿ ਕੋਈ ਕੰਮ ਰਹਿ ਗਿਆ ਹੋਏਗਾ ਲੈ ਪੁੱਤਰ ਹੈ ਤੇ ਫਿਰ ਵਾਹ ਵਾਹ ਹੋ ਗਿਆ ਕੇ ਵੈਸੇ ਵੀ ਹੁਣ ਸਾਡੀ ਧੀ ਰਾਣੀ ਲਾਡੀ ਹੁਣ 2-4 ਦਿਹਾੜਿਆਂ ਦੀ ਮਹਿਮਾਨ ਰਹਿ ਗਈ ਹੈ ਸਾਡੇ ਕੋਲ ਫਿਰ ਤੇ ਇਹ ਘਰ ਵੀ ਭੁੱਗੀਆਂ ਜੋਗਾ ਹੀ ਰਹਿ ਜਾਣਾ
लाडे वीरे कार्ड भाई सारे वणते आ मिठा नाई दसदा सी तेरी मासी नी बुशरा उन्हें ओदे चंड कड मारी आ नाले कार्ड भी नहीं लिया। यार मासी दा सुभाव भी समझ नहीं आंदा यार गोगे। ओ तेरी मसेर जड़ी पारो आ उन्हें कार्ड रख लिया। चल यार चंगा ही कीता वा ना मासी ते मसेर आ जान गया ना विआह दी रौनक वध जू यार। ओ तेरी 10 साल दी मंगेतर रही आ उन्हें इत्थे आना है उन्हूं अखा ना कुरियां कुरियां करी। ना गोगे ना यार मैनू अब्बा जी ने गल समझाई सी बई विआह तो पहले जड़े प्यार करदे आ ना बई वो ख्वार ही हुंदे आ ते जिहड़े बंदे विआह तो बाद अपनी वोटी नाल प्यार करदे आ ना बई प्यार उन्हां दा ही सिरे चढ़दा वा। ओ फेर भी उन्हें इत्थे आना कोई गल हो गई ते फेर की आ जो लैके आउणगे लै जाणगे। चलो ए तां लैण दा देण ही आ। आहो छड़ यार तू ये दस भी ओ तारी नाल गल कीती सी। आहो सौंडल नाल उन्हूं कहता भाई 1 बजे सौण ला जाई। ओ यार वेखी अजकल मूंह फुलाई फिरदा किते सैड कलेक्शन ना लाया यार। साडे घर केड़ा फौतगी आ शगना दे गाने लाऊगा। इधर तो नहीं ओदे कोई लगता फौतगी हो गई आ। अच्छा अलताफ नूं मिलिया सी टेंट वाले नूं भी कहता। आहो टेंट वाले नूं भी कहता भाई 1 बजे ला जाई परौणे जिहड़े मर्जी वेले आउण। चल यार हुण इंज कर मेरा वीर सौ जा हो सकता तेरी भरजाई आ जाए ख्वाब च यार। किहदा फोन आ गया यार इस टाइम। हेलो हेलो पुत्त लाडे। जी जी सत श्री अकाल। पुत्त एक गल पुछनी सी तेरे कोलों कि तेनूं केड़ा रंग बहुता पाउंदा है। मैं की दसां जी जिहड़ा भी मां जी लैंदे आ मैं ते पा लैना जी। चंगी गल है पर पुत्त लाडी ये चाहुंदी सी कि तेरी पसंद दे रंगां विच्चों किस रंग दा सूट सवावें हुण तू दस दे। जी लाडी ने ओदे जिहड़ा दिल नूं चंगा लगदा जी पा लवे। वैसे गल आ जी ओ ते चिट्टा सूट पाण या काला उहनां नूं ते जी हर रंग ही जचदा वा। भरजाई दा फोन है? नहीं। चल चंगा ठीक आ। जी जी सत श्री अकाल मां जी। जी हुंदा रहो गल्लां बड़ियां सोहणियां करदा है। मैं रविंदर सिंह नूं ते फोन करा ये कित्थे गुआच गया। भरजाई दा फोन सी? नहीं ओ मां जी है ना प्रीत कौर। हाँ हाँ उन्हां दा फोन सी। सौं जा यार सौं जा मेरा वीर। आए कमाल माया तेरे रंग दा
सूट चिट्टा होवे काला भावे जेड़े रंग दा विच हुंदा है कमाल माया तेरे रंग दा जदों टूरे गुत नचे कोका नक विच जचे जदों टूरे गुत नचे कोका नक विच जचे तीखी नजरां दा नाल दिल उते रंग दा सूट चिट्टा होवे काला भावे जेड़े रंग दा विच हुंदा है कमाल माया तेरे रंग दा जदों टूरे गुत नचे कोका नक विच जचे जदों टूरे गुत नचे कोका नक विच जचे तीखी नजरां दा नाल दिल उते रंग दा सूट चिट्टा होवे काला भावे जेड़े रंग दा विच हुंदा है कमाल माया तेरे रंग दा ਫੁੱਫੜ ਕੀ ਹਾਲ ਆ ਕੁਝ ਖਾਧਾ ਪੀਤਾ ਤੇ ਨਹੀਂ ਨਾ ਕੀ ਹੋਇਆ ਫੁੱਫੋ ਆ ਫੁੱਫੜ ਨੂੰ ਤਾਂ ਚੋਪੀ ਲੱਗ ਗਈ ਆ ਦਾੜ ਕਢਾਈ ਇਹਨੇ ਆ ਤੇਰੀ ਜਿਹੜੀ ਫੁੱਫੋ ਆ ਨਾ ਬੜੀ ਜਾਦੂਗਰਨੀ ਔਰਤ ਆ ਹੈ ਲਓ ਬਈ ਕਿ ਸਾਰੇ ਖੈਰ ਨਾਲ ਘਰ ਦੇ ਜਿਹੜੇ ਜੀ ਆ ਨਾ ਉਹ ਪਹੁੰਚ ਗਏ ਆ ਸ਼ੁਕਰ ਹੈ ਆ ਦੇਖੋ ਨਾ ਆਪਣਾ ਭੈਣਾਂ ਵੀ ਪਹੁੰਚ ਗਈਆਂ ਰਾਣਾ ਵੀ ਆਪਣਾ ਮੈਲਾ ਵੀ ਪਹੁੰਚਿਆ ਬਾਲੀ ਤੇ ਅਛੂ ਮਰਚੈਂਟ ਆਇਲ ਮਰਜੈਂਟ ਵੀ ਆਇਆ ਪਹੁੰਚਿਆ ਉਹ ਮਰਚੈਂਟ ਆ ਗਿਆ ਓਏ ਉਹਨੂੰ ਪਰਾਂ ਮਰਜੈਂਟ ਰਹਿਣ ਦੇ ਉਹ ਤਾਂ ਆਇਆ ਉਹਦੀ ਬੀਵੀ ਕੋਲ ਬੈਠੀ ਕੀ ਕਹੇਗੀ ਕੋਈ ਗੱਲ ਨਹੀਂ ਮੇਰੇ ਕੋਲ ਹੀ ਬੈਠੀ ਆ
ਹੋਰ ਬਾਕੀ ਜੀ ਕੋਈ ਰਹਿ ਤੇ ਨਹੀਂ ਗਿਆ ਬਈ ਸਾਡਾ ਨਾਂ ਨਹੀਂ ਲੈਣਾ ਉਹ ਤੇਰੀ ਕਿਹੜੀ ਗੱਲ ਆ ਤੇਰਾ ਤਾਂ ਮਿਸਤਰੀਆਂ ਦਾ ਹਿਸਾਬ ਆ ਜਿੱਦਾਂ ਘਰ 'ਚ ਮਿਸਤਰੀ ਵੜ ਜਾਣ ਨਹੀਂ ਨਿਕਲਦੇ ਨਾ ਉਦਾਂ ਤੂੰ ਡੇਰੇ ਡਾਏ ਆ ਇੱਥੇ ਤੂੰ ਤਾਂ ਘਰ 'ਚ ਬਰਾਤੀ ਇੰਜ ਗਿਆ ਨਾ ਜਿਵੇਂ ਪਹਿਲੇ ਦੌਰ 'ਚ ਕਨੈਕਟਰ ਰਿਹਾ ਓਏ ਮੈਂ ਤਾਇਆ ਮੈਂ ਬਹੁਤਾ ਤਾਇਆ ਬਹੁਤਾ ਆਪਣਾ ਬਲਕੀਸ ਕੀ ਗੱਲ ਆ ਉਹ ਖੈਰ ਤੇ ਹੈ ਤੂੰ ਬੜਾ ਮੂੰਹ ਸੁੱਟ ਕੇ ਬੈਠੀ ਆ ਉਹ ਭਾ ਜੀ ਜਿਨ੍ਹਾਂ ਨੂੰ ਕਾਰਡ ਗਲਾਇਆ ਹੈ ਸੱਦਾ ਦਿੱਤਾ ਹੈ ਉਹ ਤੇ ਆਈ ਨਹੀਂ ਹਲੋ ਉਹ ਬੁਸ਼ਰਾ ਹਰੀ ਨਹੀਂ ਆਏ ਕੋਈ ਗੱਲ ਨਹੀਂ ਤੂੰ ਦਿਲ ਨੂੰ ਘਬਰਾ ਨਾ ਪਾ ਆ ਜਾਣਗੇ ਆ ਜਾਂਦੇ ਨਹੀਂ ਆ ਗਏ ਆ ਬਿਸਮਿਲਾ ਮੇਰੀ ਭੈਣ ਆ ਗਈ ਨਹੀਂ ਮਾਸੀ ਨੂੰ ਜਗ੍ਹਾ ਦੇ ਚੱਲ ਉੱਠ ਆ ਮੇਰੇ ਵੱਲੋਂ ਵੀ ਮਿਲ ਲਈ ਤੇਰੇ ਵੱਲੋਂ ਬੜੇ ਮਿਲੇ ਆ ਚੁੱਪ ਕਰ ਜਾ ਤੁਸੀਂ ਸਾਰੇ ਮੇਰੀ ਗੱਲ ਸੁਣ ਲਓ 10 ਸਾਲ ਮੈਂ ਇਸ ਘਰ ਦੀ ਨੂੰ ਰਹੀ ਹਾਂ ਤੁਸੀਂ ਮੇਰਾ ਜ਼ਰਾ ਮੁੱਲ ਨਹੀਂ ਪਾਇਆ ਮੈਂ ਖਿਦਮਤਾਂ ਕਰ ਕਰ ਰਹਿ ਗਈ ਇੱਕ ਵਾਰੀ ਤੰਗ ਆ ਕੇ ਨਾ ਕੀ ਕੀਤੀ ਤੁਸੀਂ ਦੁਬਾਰਾ ਮੂੰਹ ਵੀ ਨਹੀਂ ਲਾਇਆ ਤਾਂ ਰਹੀ ਗੱਲ ਇਸ ਸ਼ਾਦੀ ਦੀ ਸ਼ਾਦੀ ਤਾਂ ਹੋਵੇਗੀ ਜ਼ਰੂਰ ਹੋਵੇਗੀ ਪਰ ਦਿਸ ਸ਼ਾਦੀ ਓਵਰ ਮਾਈ ਡੈਡ ਬੋਡੀ ਪਾਲਿਆ ਹਿਸਾਬਾਂ ਕਿਤਾਬਾਂ ਵਿੱਚ ਪਿਆ ਚਾਹ ਪੀ ਲੈ ਹੈ ਤੇ ਬਾਲਾ ਚੰਗਾ ਕੀਤਾ ਤੂੰ ਤੇ ਇਸ ਤੋਂ ਵੀ ਚੰਗਾ ਕੀਤਾ ਮਾਸੀ ਦੇ ਤੂੰ ਵਿਆਹ ਤੇ ਆ ਗਿਆ ਜੇ ਤੁਸੀਂ ਨਾ ਆਉਂਦੇ ਨਾ ਤੇ ਵਿਆਹ ਤੇ ਅਧੂਰਾ ਹੀ ਰਹਿ ਜਾਣਾ ਸੀ ਆਹੋ ਤੇਰਾ ਵਿਆਹ ਤੇ ਹੋ ਜਾਊਗਾ ਪਰ ਜਿਹੜੇ ਅਧੂਰੇ ਰਹਿ ਜਾਣਗੇ ਉਹਨਾਂ ਦਾ ਹੋ ਕੋਈ ਵੀ ਅਧੂਰਾ ਨਹੀਂ ਰਹਿੰਦਾ ਰੱਬ ਨੇ ਤੇਰੇ ਵਾਸਤੇ ਕੋਈ ਚੰਗਾ ਹੀ ਸੋਚਿਆ ਹੋਣਾ ਹਾਂਜੀ ਜਦੋਂ ਆਪਣਿਆਂ ਨੇ ਛੱਡ ਜਾਣਾ ਹੋਵੇ ਨਾ ਤੇ ਇੱਦਾਂ ਦੀਆਂ ਗੱਲਾਂ ਕਰਦੇ ਨੇ ਤੈਨੂੰ ਕਦੇ ਮੇਰੀ ਯਾਦ ਨਹੀਂ ਆਈ ਲੈ ਉਹ ਯਾਦ ਆਈ ਆ ਤੇ ਬੁਲਾਇਆ ਨਾ ਨਾਲੇ ਇੱਕ ਕੰਮ ਕਰ ਥੱਲੇ ਜਾ ਕੇ ਨਾ ਕੋਈ ਕੰਮ ਵੇ ਉਹ ਤੇਰੀ ਮਾਸੀ ਦੇ ਪੁੱਤਰ ਦਾ ਵਿਆਹ ਵਾ ਹੁਣ ਜਾ ਕੋਈ ਹਿਸਾਬ ਕਿਤਾਬ ਕਰ ਲੈਂਦੇ ਮੈਨੂੰ ਜਾ ਰਹੀ ਹਾਂ ਪ੍ਰਦੀਪ ਕਿੱਧਰ ਚਲੀ ਗਈ ਹੈ ਪ੍ਰਦੀਪ ਕੌਰ ਤੂੰ ਕਿੱਧਰ ਸਲਫ ਚੱਕੀ ਫਿਰਦੀ ਆ ਰੱਬ ਸੋਹਣੇ ਦੀ ਮਿਹਰ ਨਾਲ ਥੋੜੇ ਦਿਹਾੜਿਆਂ ਤੱਕ ਸਾਡੀ ਲਾਡੀ ਨੇ ਸਹੁਰੇ ਟੁੱਟ ਜਾਣਾ ਸਾਡੀ ਤੇ ਦੁਨੀਆ ਹੀ ਬਦਲ ਜਾਓ ਇਸ ਵੇਲੇ ਚ ਤਾਂ ਰੌਣਕ ਹੀ ਉਹਦੇ ਦਮ ਨਾਲ ਹੈ ਧੀਆਂ ਨੇ ਤੇ ਇੱਕ ਦਿਨ ਵਿਦਾ ਹੋਣਾ ਹੀ ਹੁੰਦਾ ਤੂੰ ਕਾਹਦੇ ਤੋਂ ਢਿੱਲੀ ਹੋਈ ਫਿਰਦੀ ਆ ਅਰਦਾਸ ਕਰ ਲਾਡੀ ਵਾਸਤੇ ਤਾਂ ਕਿ ਇਹ ਸੁੱਖੀ ਰਵੇ ਨਾਲੇ ਇਹਦਾ ਪਿੰਡ ਕਿਹੜਾ ਬਾਰਡਰੋਂ ਪਾ ਰਿਹਾ ਸਰਕਾਰ ਕੋਲੋਂ ਵੀਜ਼ਾ ਲੈਣਾ ਪਾਊ ਜਦੋਂ ਕਹੇਂਗੀ ਗੇੜਾ ਲਾ ਆਵਾਂਗੇ ਨਹੀਂ ਮਹਿੰਦਰ ਸਿੰਘ ਮੈਂ ਆਪਣੀ ਧੀ ਨੇਰੇ ਹਰਦਾਸਾਂ ਦੇ ਸਿਰ ਤੇ ਨਹੀਂ ਟੋਰਨੀ ਜੇ ਰੱਬ ਨੇ ਲਾਡੀ ਨੂੰ ਮੇਰੀ ਮਾਨਤਾ ਦੀ ਕਮੀ ਪੂਰੀ ਕਰਨ ਲਈ ਭੇਜਿਆ ਤੇ ਫਿਰ ਮੈਂ ਵੀ ਮਾਂ ਹੋਣ ਦਾ ਹੱਕ ਅਦਾ ਕਰਾਂਗੀ ਆਪਣੀ ਲਾਡੀ ਨੂੰ ਆਪਣੇ ਖਾਨਦਾਨੀ ਕੰਗਨ ਦੇ ਕੇ ਟੁਰਾਂਗੀ ਬੜੀ ਗੱਲ ਏ ਅੱਜ ਤੱਕ ਅਸੀਂ ਤੇ ਤੁਹਾਡੀ ਖਾਨਦਾਨੀ ਚੀਜ਼ ਵੇਖੀ ਨਹੀਂ ਬੇਟੀ ਵਾਸਤੇ ਕੰਗਣ ਲੈ ਆਇਆ ਉਹ ਬਸ ਕਰ ਦਿਓ ਤੁਸੀਂ ਵੀ ਅਸਲਾਮੁਅਲੈਕੁਮ ਜਿਉਂਦੀ ਰਹਤੀ ਏ ਮੈਂ ਸਦਕੇ ਜਾ ਕਿਵੇਂ ਹੋ ਤੁਸੀਂ ਮੈਂ ਬਿਲਕੁਲ ਠੀਕ ਹਾਂ ਪਹਿਚਾਤੇ ਬੜੀ ਵੱਡੀ ਉਮਰ ਹੈ ਤੇਰੀ ਅਜੇ ਹੁਣ ਮਹਿੰਦਰ ਤੇ ਮੈਂ ਤੈਨੂੰ ਯਾਦ ਕਰ ਰਹੇ ਸੀ ਅੱਛਾ ਅੱਛਾ ਤੂੰ ਮੈਂ ਹੁਣੇ ਆਈ ਕਿੱਥੇ ਚੱਲੇ ਤੁਸੀਂ ਆ ਕੇ ਦੱਸ ਨਹੀਂ ਆਣਾ ਤੁਸੀਂ ਕੁਝ ਨਾ ਬੋਲਿਆ ਜੇ
अच्छा जी असि कुछ नहीं बोलते आनिया ये प्यो तेरे दा की हाल है? ठीक हाँ। घर रही थी? हाँ जी। अच्छा? एक किया माँ? ए? एक माँ वालों अपनी तीनों उदे व्याले तोहफा है। माँ, मैनू तो ये सब कुछ कुछ नहीं चाहिदा, मैनू तो बस तुहाडी दुआवा चाहिदिया ने। साड़ियाँ दुआवां ते तेरे नाल ने, पर ए तोहफा भी ते जरूरी है ना। रब सोना तेरे नसीब चंगे करे। वाह वाह भाई, सारे काम ठीक होंडे आ। ओ कुड़िये, ओ कुड़ियो, किथे मर गई आ? देख कर बला। बड़ा तेरा सादे बांदवर का मुंह हां, आ मंजी चुक के उधर रख। ए पूरे पेट च कहंदी मैं चैना दे सदर दी भतीजी हां, हैं? चल ओ इनू किधर उधर जाके ठोक। ओ सुनदा नहीं तू? ओए ओ ताया, ओदा कामा नु करन दे, तू एवें खपी जाना। ओ इनू छड़ दे ओए, आ किले दी जगह दे इनू ठोक दे। आ ते नाल ताए नु बंद दे। ओ गल सुन ओए, तू इस घर दे विच घर जो आई हां, तू ऐदां कर इस घर दीआं दरीजां च वड़ जा। ते जदों बहुटी घर आउणी आ दलीजां च तेल ते चोणा, मैं फिर बाहर आ जाणा। ते असी तेल मिट्टी दा चोणा ते उत्तों ला देणी तीली। आ वेख ला फुफड़ा की गल कर रिहा। वैसे ताया तेरी उम्र कितनी है? ताया अगले महीने सप्प बनण वाला। ओ कमलिया, औरतां को ते ताया कोलों ज्यादा उम्र नहीं पुछी दी। ओ पुछ लैण दे। हां ओ पुछ लैण दे, हो सकदा उहदे खानदान च कोई ताई वेली फिरण दी होवे। तूं लत्तां कटाउणियां उहदे कोलों? ताई तुई कोई नहीं, मैं ते आना लगदा तेरी फौत की तम्मू टक दी है चिट्टे। चिट्टे कपड़े पवांडिया, अब मेनू तू मुनकरन की नजर आंडिया। तेरा हिसाब हो गया, तू मेरे 35 देने है। ओए साडे लाडे पुत्रिए दा व्याह, ओए और सानू की कम दसो, साडे लाडे पुत्रिए दा व्याह। ओए ओए तेरा इको ही काम है जेड़ा तू कर आया। केड़ा? जा काम कर अपना। मैं पहले ही आख्या मेरे काम च कोई ना बोले, नहीं तो मैं तंबू वन पहला छोड़नी। आ ताए नू ते तय कर। हाँ ते तय करके ना घर ले जा, ते बेबे दे सराने थले रख दी। ओ ताया वडेरी उम्र दी आ, पैंदा ला जा। ओ क्यों झोटे वांगू एक दूजे नाल टक्करो टक्करी होए? ओ कम नबेड़ो विचो, तू ते जिदा नबेड़ा आ। ओ तू किथे सीगा? मैं ता मिठे नाई दे नाल सी। ओए ओ देगा नू हाथ नहीं लाया? ओ क्यों जी, ओ देगा ते तू बैठा सीगा। हैं ले ताया, हुण ना ब्याह दी सारी रोटी बच जानी है। ओ किदां? आ देगा को गोगा बैठा सी। ओए हाथ ते नहीं लाया चौलां नू? मैं कड़ा देगा च हाथ मारता, मैं कोल बैठा सी इहदे। ओ फुफड़ा जा तू अपना काम कर। ओ यार इन्ने काम पाया, तुसी सारे इत्थे खलोते हो, की कीता जे ते की नबड़िया जे? सारे काम हो गया, आ तंबू वाले आ गया, देगा पकण दियां, गोगा वेला खलोता। अच्छा जी, आ सारे काम मैं करान दिया पोते। आ जेड़ा मीठा नाई है ना, इहनू चेक करो, इहने सारा लून पा देना देगा च। ओए दे कोलों लून चुक लेना। ओए आ ओए ओ चल अगे लग, इधर आओ। काम वो कराना जिहड़ा मैं तुहानू कहना, ते जाके तारी नू कहो कि चंगे चंगे गाने लाए, उहने उदास गाने ला देना, उहदे कोल सारे सैड सोंग आ, जल्दी नाल जाओ, जाओ शाबाश। ओ लाडिया सारे काम तां मैं करन दिया। केड़े काम? आ अंदर औरतां नू सराणे ते खेस किन्ने दित्ते आ? मैं दित्ते आ। बड़ा जिम्मेदारी वाला काम आ भी इह, तैनू कोई मर्दां वाला काम भी आउंदा? एक घंटे च मैनू फुल तैयारी चाहीदी आ, मेरे यार लाडे दा विआह वा, इत्थे आपां रौनकां लाउणियां वा। ते कर अपनी फुफी नू पिंडो फिर फोन। ओए तू इत्थे खलो गया हैं? जा छेती नाल कोई होर समान लैके आ। चल ओ मुछा ते जोर देता, काम ते भी जोर दे।
ਉਹ ਕੁੜੀਓ ਮਿਲ ਗਿਆ ਸਰਾਣੇ ਸਾਰਿਆਂ ਨੂੰ ਜਾਂ ਦਵਾਂ ਕੋ ਨਵਾਂ ਸਰਾਣਾ। ਤਾਰੀ ਬੰਦ ਕਰ ਇਹਨੂੰ, ਵਿਆਹ ਵਾਲੇ ਘਰ ਫੌਦਗੀ ਦੇ ਗਾਣੇ ਲਾਏ ਹੋਏ ਆ। ਨਾ ਤੈਨੂੰ ਨਹੀਂ ਪਤਾ ਤਾਰੀ ਦਾ ਨਵਾਂ ਨਵਾਂ ਦਿਲ ਟੁੱਟਿਆ ਤੇ ਤਾਰੀ ਮਿਊਜ਼ਿਕ ਵੀ ਆਪਣੀ ਮਰਜ਼ੀ ਨਾਲ ਲਾਊ। ਜੇ ਤੈਨੂੰ ਆਪਣਾ ਪਸੰਦ ਆ ਨਾ ਤੇ ਆਪਣਾ ਮਿਊਜ਼ਿਕ ਖਾਨਾ ਖੋਲ ਲੈ। ਦਿਲ ਤੇਰਾ ਨਵਾਂ ਨਵਾਂ ਟੁੱਟਿਆ ਵਾ, ਇਹਨੂੰ ਚੱਕ ਕੇ ਘਰੇ ਲੈ ਜਾ ਆਪਣੇ। ਇਹ ਵੀ ਤੇ ਆਪਣਾ ਹੀ ਘਰ ਆ ਨਾ, ਸਾਡੇ ਪਰਾਹੁਣੇ ਕਿਉਂ ਰੋਣ ਤੇ ਲਾਏ ਹੋਏ ਆ। ਉਹ ਤੂੰ ਪਤਾ ਕਰ, ਅੰਦਰੋਂ ਦਿਲ ਸਾਰਿਆਂ ਦਾ ਟੁੱਟਾ, ਉੱਤੋਂ ਉੱਤੋਂ ਖੁਸ਼ ਨੇ ਤੇ ਅੰਦਰੋਂ ਪਰੇਸ਼ਾਨ ਨੇ। ਤੂੰ ਮੈਨੂੰ ਮੇਰੀ ਮਰਜ਼ੀ ਦਾ ਮਿਊਜ਼ਿਕ ਲਾਉਣ ਦੇ। ਉਹ ਦਿਲ ਟੁੱਟੇ ਨੂੰ ਛੱਡ, ਤੂੰ ਗਾਣਾ ਤਾਂ ਚੱਜਦਾ ਲਾ। ਹਾਂ ਜਿਹੜਾ ਤੂੰ ਡੀਜੇ ਲਾਈ ਫਿਰਦਾ, ਇਹਦੇ ਨਾਲੋਂ ਚੰਗਾ ਮੈਂ ਗਾ ਵੀ ਲੈਂਦਾ ਵਾਂ, ਵਜਾ ਵੀ ਲੈਂਦਾ। ਉਹ ਬਹਿ ਜਾ, ਮੈਨੂੰ ਪਤਾ ਤੂੰ ਕਿੰਨਾ ਗਾ ਵੀ ਲੈਂਦਾ ਵਜਾ ਵੀ ਲੈਂਦਾ। ਨਾ ਸ਼ਕਲ ਚੰਗੀ ਨਾ ਹੋਵੇ ਤੇ ਬੰਦਾ ਗੱਲ ਅਕਲ ਦੀ ਕਰ ਲਵੇ। ਤੂੰ ਜਾ ਆਪਣਾ ਜਾ ਕੇ ਲਾ, ਮੈਨੂੰ ਮੇਰੀ ਮਸਤੀ 'ਚ ਰਹਿਣ ਦੇ। ਚੱਲ ਤੂੰ ਆ ਦੇਖ ਮੈਂ ਪਰਾਤ ਕੈਸੀ ਵਜਾ। ਦੇਖ ਪਰੌਤ ਵਜਾਣੀ ਤੂੰ। ਦੋ ਦਿਨ ਲਾਣਾ ਲਿਆ। ਉਹ ਲਾ ਲਓ ਲਾ ਲਓ ਮੁੰਡੇ ਨੂੰ ਮਹਿੰਦੀ। ਭੰਗੜੇ ਪਾਉਣੇ ਔਰ ਰਲ ਮਿਲ ਗਾਏ ਗਾਉਣੇ, ਸਦਰਾਂ ਨੇ ਭੰਗੜੇ ਪਾਉਣੇ ਔਰ ਰਲ ਮਿਲ ਗਾਏ ਗਾਉਣੇ, ਅੱਜ ਛੜਿਆ ਨਸੀਬ ਚ ਬਾਣੇ ਤੇ ਪੁੱਜੇ ਉਗ ਪੈਦਾਣੇ, ਵੇਖੋ ਜੀ ਹੋਣ ਲਗਾ। ਖੁਸ਼ੀਆਂ ਦਾ ਹੁਣ ਮੇਲਾ ਲੱਗਣਾ, ਦੂਰ ਦੂਰ ਆਉਣਾ ਮਿੱਤਰਾਂ, ਯਾਰਾਂ ਨਾਲ ਮਿਲ ਕੰਮ ਨ ਕਰਨੇ, ਵਡਵਡੇਰੇ ਹੁੱਕਾ ਖਿੱਚਣਾ ਤੇ ਕਾਵੀ ਲਈਆਂ ਚੜਾ। ਹਰ ਪਾਸੇ ਨੇ ਖਿਲ ਰਹੇ ਹਾਸੇ, ਜਿਵੇਂ ਫੁੱਲੀਆਂ ਨਾਲ ਪਤਾਸੇ, ਲਾਡੀ ਦੇ ਨੇ ਮਨ ਵਿੱਚ ਲੱਡੂ, ਲਾਡੀ ਨੂੰ ਨੇ ਬੜੇ ਸਿਆਪੇ, ਉਹ ਕਿਹੜੇ ਸਿਆਪੇ ਪੈਰੇ, ਚੱਲ ਟੀਜੇ ਗਾਣਾ ਲਾ। ਨਜ਼ਰ ਲੱਗ ਗਈ ਕੁੜੀ ਨੂੰ, ਸਵੇਰ ਤੇ ਠੀਕ ਸੀ, ਹੁਣ ਕੀ ਹੋ ਗਿਆ ਜੇ ਨੂੰ? ਪਰ ਉਹ ਸਾਰੇ ਗੱਲਾਂ ਕਰੀ ਜਾਂਦੇ। ਉਹ ਗੋਗੇ, ਹਾਂਜੀ, ਉਹ ਅੰਦਰੋਂ ਪੁਰਾਣੀ ਜੁੱਤੀ ਫੜ, ਬਾਂਦਰ ਕਿੱਲਾ ਖੇਲਣਾ।
मेरी गल सुनो, मेरे लिए ठंडी बोतल मंगा लो, मेरे को ऐदा का सीर वेखा नहीं जाता। ताया तू बाहर चला जा, बस कर दो यार सारे गोगे। हाँ जी डॉक्टर बुला यार। जी मैं लैके आना डॉक्टर नू। इस वे कितों ले आऊ गोगे? हाँ लाडे जुत्ती लाया भाई। क्यों फड़े दफा ड्रामे कर दिया कुछ भी नहीं। ओ मेरे कले ते ना सुट ओए। अब तू जम्मी है तेरे ते ही सुटनी है। तू तो परा हट। ओ मेरी गल सुनो, पहले ही बड़ी देर हो गई है। अब जिन्नी जिन्ने मेहंदी लानी है ना ओ ला लवो, छेती नाल फिर असी वापस भी करनी है। हाय की हो गए जी। चलो आओ आओ आओ। दो दिन लाना पिया इधर पे ना भाभी। फरीद अलाब जे ते थोड़ा खाईदा, पहले तेरी किन्नी सेहत होण डई आ। पूरे ब्याह च ना एक तू वेली है ते एक गोगा वेला जिन्हां ने खान ते जोर रखिया। आए हाय वीरे, खा ते लैन दे, मोटे होण दे बारे बाद सोचांगे। ओए कैमरे वालिया परे लै जा, असी बोता खान डए आ। जुत्ती ला के मारू तेरे मुंह दे उत्ते। तू रैपटे खाने आ मेरे तो? ओ पुफी ध्यान नाल रोटी खानी है, कोई चीज दी लोड़ आ ते मैनू दसो। इते है की है पुत्तर, ए वेख ना जरा ना कोई बोटी ना कोई सालन है। ए तेनु बोटी नहीं मिली? नहीं उधर ते सारे डोंगे भर भर के खड़न दए आ। किथे तुहाडा फुफड़ किथे वे? ओनु तो बुलाओ जरा। ओ फुफड़ ने ते उधर प्लेट भरी आ सालन दी, लगदा बकरा जोड़न लगा। मार ओनु आवाज, असी ते चलिए। ओनु तो बस एदे अलावा होर कोई काम ही नहीं है। मैनू दसो केड़ी शै चाहिदी है तानू? नहीं ज्यादती आ गोगे यार, वेख ओना नु बोटी तक नहीं दिती है बेचारे। न्योंदरा भी सही पाया, राती नची भी आ ते एक बोटी। एक गाने तो ओनू हुण देख चुका दी है। आ वेख ता सही, आ कुड़ी खलोती आशा, इहनू भी बेचारी नू कख नहीं मिलिया। बोटी तो क्यों लड़दे हो तुसी? मैं तानू जिन्नियां कहने हो बोटियां ते एवें चकदा गल नू। गोश्त कबोटी बाटी मिली है? कुछ भी नहीं है, लामा ही लेना ना इथो, इन्हे पैसे ला के भी। और तुसी पाया ता जर्दा होया वा, जर्दे चो बोटी कित्थों आ जाए? ओ जूरे ओ जूरा किथे गए? सारे दे सारे काम ओवे दे ओवे पए होए ने। ताया जी तुसी परेशान ना होवो, सारे काम हो जाएंगे। ओ पर सारे काम तू कल्ला ही क्यों करे? ओदी भी ते भैण दा ब्याह हैगा ना, ओने तीला दूरा नहीं कीता हुण तक। ओ कमरे च हुण ताया जी। हाय हाय जोर ते कुट, बड़ी पीर हो रही है जूरे जी मेरी लत्तां च। ओ जनाब मैं लत्ता कट देना, ओ नाले मैं सुनिया है औरत दे कदमा विच जन्नत होंदी है। ओए ताया जी बगैरता, ओए एक मिनट खड़ा हो, शाबाश है भी तेरे। ओ जिदे पैरा थल्ले जन्नत होंदी है ओ बीवी नहीं होंदी, मां होंदी है बिशर्मा। चल उठ जाके शफाक दा काम ते लग, सवेरे तेरी भैण दी जान जानी है, हराम है जो तू तीला दूरा कीता होवे। खबरदार है जे तू मैंने इस कमरे च दोबारा नजर आया। पुत्र सवेर दा काम करा करा के मेरा सिर फावा हो गया, मैनू एक सिर पीड़ दी गोली ते एक कप चाह दा ते पिया दे। अब्बा जी मेरे ते पहली बड़ी पीड़ हो रही है लत्ता च। ते बेटा तू जा लत्ता नाल नहीं ना हत्था नाल बना दे, लत्ता च पीड़ होंदी है। भैण बलकीस। हां बाजी। तैनू बहुत बहुत मुबारक होए। खैर मुबारक मुबारक ते तानू वड्डियां नू होवे, ਤੁਹਾਡੇ ਇਲਾਵਾ ਸਾਡਾ ਵੱਡਾ ਰਹਿ ਕੌਣ ਗਿਆ? ਭੈਣ ਰੋਈ ਨਾ, ਮੇਰਾ ਹਾਸਾ ਨਿਕਲ ਪਿਆ। ਹੈ ਕੀ ਹੋ ਗਿਆ ਜੀ? ਉਹ ਕੀ ਹਾਲ ਆ? ਵਾਲੇਕਮ ਸਲਾਮ ਜੀ, ਸਤਿ ਸ੍ਰੀ ਅਕਾਲ। ਉਹ ਤਾਰੀ ਜੀ ਕੀ ਹਾਲ ਆ? ਔਰ ਰੱਬ ਦੀ ਮਿਹਰ ਆ ਜੀ, ਤੁਸੀਂ ਸੁਣਾਓ ਠੀਕ ਹੋ? ਰਾਤੀ ਡੀਜੇ ਤੇ ਤੂੰ ਬੜੀ ਰੌਣਕ ਲਾਈ ਆ। ਹਾਂਜੀ ਹਾਂਜੀ ਤੁਸੀਂ ਵੀ। ਉਹ ਕਿੰਨੇ ਪੈਸੇ ਦੇ ਰਹੇ ਹੋ? 710 ਰੁਪਏ ਆ, 700 ਇਹਨਾਂ ਦਾ ਤੇ 10 ਰੁਪਏ ਵਾਧਾ। ਲੈ ਬੜਾ ਵਾਧਾ ਕਰ ਰਿਹਾ ਵੀ ਤੂੰ 10 ਪਾ ਕੇ। ਐ ਤੂੰ 10 ਕੋਲ ਰੱਖ, ਕੱਲ ਨੂੰ ਅਸੀਂ ਕਿੱਥੋਂ ਵਾਧਾ ਪਾਵਾਂਗੇ? ਸਾਰੇ ਟੱਬਰ ਕੋਲ ਪੁੱਛ ਲੈ, ਘਰੋ ਘਰ ਇਹੋ ਹੀ ਹਾਲ ਆ, ਸਭ ਨੇ 10-10-20 ਰੁਪਏ ਪਾਏ। ਪਰ ਤੂੰ ਖਿਆਲ ਰੱਖੀ, ਬਾਕੀ ਮੈਂ ਇਸ ਫੈਮਲੀ ਤੇ ਖੁਸ਼ ਆ ਵੀ ਬੰਦਾ ਉਹਨਾਂ ਨੇ ਇਮਾਨਦਾਰ ਲੱਭ ਕੇ ਪਾਇਆ। ਦੇਖੋ ਜੀ ਮੇਰੇ ਸਾਲੇ ਦਾ ਵਿਆਹ ਵਾ ਤੇ ਇਮਾਨਦਾਰ ਬੰਦੇ ਨੂੰ ਤੇ ਬਹਿਣਾ ਚਾਹੀਦਾ ਇੱਥੇ। ਆਪਾਂ ਅਸੂਦਾ ਕੋਲ ਬੈਠਾ ਮੇਰੇ ਭਾ ਲੱਭਿਆ, ਤੈਨੂੰ ਇੰਨਾ ਪਤਾ ਕਿ ਅਕਸਰ ਦਾ ਸਾਲਿਆਂ ਦੇ ਵਿਆਹ ਤੇ ਲੱਗਦੇ ਆ? ਉਹ ਨਹੀਂ ਸਾਡਾ ਕੀ ਦਾ ਲੱਗਣਾ, ਸਾਡਾ ਵੈਸੇ ਹੀ ਲੱਗਾ ਵਾ। ਉਹ ਚਾਚਾ ਸੁਦਿਆ ਆਪਾਂ ਲੱਭੇ ਦਾ ਖਿਆਲ ਕਰੀ, ਇਹ ਕੋਲੋਂ ਦਾਲ ਆ ਜਾਂਦਾ। ਉਹ ਖਿਆਲ ਕਰੀ ਮੈਂ ਕੱਚੇ ਚੌਲ ਖਾਣਾ। ਵੱਡਾ ਕੋਟ ਸਵਾਇਆ ਹੀ ਆ, ਸ਼ੇਰਵਾਨੀ ਸਵਾਈ ਆ, ਪਾ ਲੈ ਮੁੰਡੇ ਨੂੰ। ਆ ਪਾ ਪੁੱਤਰ ਜੀ, ਪਾ ਹੈ ਸ਼ੇਰਵਾਨੀ ਪਾ ਅੱਜ, ਆ ਬਿਲਕੁਲ ਲਾੜਾ ਲੱਗੇਗਾ। ਕਿੱਡਾ ਸੋਹਣਾ ਲੱਗਣ ਡਿਆ ਮੇਰਾ ਪੁੱਤ। ਆ ਹਾਰ ਵੀ ਪਾ, ਆ ਬਟਨ ਬੰਦ ਕਰ ਲੈ। ਆ ਤੂੰ ਖਾਰੇ ਚੜ ਗਿਆ ਨਾ ਪੁੱਤ, ਹੁਣ ਤੂੰ ਘੋੜੀ ਚੜਨਾ ਥੋੜੀ ਦੇਰ ਬਾਅਦ ਹੈ। ਹਾਂਜੀ
अब पहले तारी दी सलामी कबूल करो। अब तू तो पीछे हटो। की हो गया सलामी आके खंजर आ गाना बन वे गल्ला करन दे गाना बन यार लै भी पा लाडिया मुबारक हुन कंडा कंडा सजा हाथ लै भी माशाल्लाह हाथ तो लगदा लोशन नहीं लाया तू भी झाड़ू वाले हाथ ही लै आ लै भी मुबारक हुन पर ਉਹਨਾ ਮੈਂ ਨਾ ਲੱਭੇ ਦਾ ਜ਼ਰਾ ਖਿਆਲ ਕਰਾਂ ਉਹ ਪੈਸੇ ਪੂਸੇ ਨਾ ਟੁੱਕ ਲਏ ਆਪਾਂ ਕਰਜ਼ਾ ਵੀ ਲਾਉਣਾ ਮੈਂ ਜ਼ਰਾ ਝਾਤੀ ਹੈ ਮੈਂ ਜ਼ਰਾ ਝਾਤੀ ਮਾਰਾਂ ਚੱਲ ਠੀਕ ਹੈ ਜਾ ਹਾਂਜੀ ਲੱਭਾ ਜੀ ਕੋਈ ਪੈਸਾ ਧੇਲਾ ਇਕੱਠਾ ਹੋਇਆ ਤੈਨੂੰ ਪਤਾ ਕਰਜ਼ਾ ਚੜਿਆ ਵਾ ਉਹ ਵੀ ਲਾਉਣਾ ਵਾ ਇਕੱਠਾ ਹੋਇਆ ਮੈਂ ਦੁਕਾਨ ਖੋਲੀ ਆ ਜੋ ਲੋਕੀ ਦੇਣ ਦੇ ਮੈਂ ਲਿਖਣ ਦਿਆਂ ਅਸੀਂ ਕਰਜ਼ਾ ਕੁਰਜ਼ਾ ਲਾਡੇ ਦੇ ਵਿਆਹ ਦਾ ਲਾਉਣਾ ਵਾ ਤੇ ਤੇਰੀ ਆਦਤ ਆ ਪੈਸੇ ਟੁੱਕਣ ਦੀ ਜ਼ਰਾ ਹਿਸਾਬ ਨਾ ਚੱਲੀ ਉਹ ਫਿਟੇ ਮੂੰਹ ਟੁੱਕ ਲੈਣੇ ਮੈਂ ਚੂਹਾ ਵਾ ਨਿਉਂਦਰਾ ਇਕੱਠਾ ਹੋਣਾ ਵਾ ਤੇ ਜ਼ਰਾ ਤਿਆਤ ਨਾ ਆ ਵੇਖ ਸਭ ਤੋਂ ਉੱਤੇ ਲਿਖਿਆ ਲੱਭਾ 10,000 ਇਹ ਲਿਖਿਆ ਹੀ ਆ ਕੇ ਪਾਇਆ ਵੀ ਆ ਮਰੇ ਅੰਨਾ ਆ ਵੇਖ ਲੱਭਾ 10,000 ਇਹ ਤੈਨੂੰ ਲੱਭਿਆ ਕੇ ਨਿਉਂਦਰੇ ਚ ਪਾਇਆ ਵਾ ਉਹ ਫਿਟੇ ਮੂੰਹ ਨਿਉਂਦਰਾ ਲਿਖਿਆ ਮੈਂ ਉਹ ਪਾ ਜਾ ਕੇ 10 ਇਹਨੂੰ ਹੈ ਆ ਵੇਖ ਇਮਾਨਦਾਰ ਬੰਦਾ ਮੈਂ ਕੋਲ ਪਾਇਆ ਨਹੀਂ ਜੇ ਇਹ ਇਮਾਨਦਾਰ ਆ ਤੇ ਫੇਰ ਭਾਵੇਂ ਬੈਂਕ ਲੁੱਟ ਲਓ ਪਾ ਜਾ ਕੇ ਆ ਵੇਖ ਲਾ ਹੁਸ਼ਤਾ ਕਰਦਾ ਤੈਨੂੰ ਤੁਹਾਨੂੰ ਕਿਹੜਾ ਪੁੱਛਣਾ ਕਿਸੇ ਨੇ ਆ ਮੈਂ ਜ਼ਰਾ ਉੱਧਰ ਵੀ ਵੇਖਾਂ ਕੀ ਹੋਇਆ ਖਾਰੇ ਖੁਰੇ ਦਾ ਯਾ ਨਿਉਂਦਰਾ ਜਿਹਨੇ ਜਿਹਨੇ ਦੇਣਾ ਸੀ ਦੇਤਾ ਹੁਣ ਮੁੰਡੇ ਨੂੰ ਖਾਰੇ ਵੀ ਚੜਾਉਣਾ ਮਕਸੂਦ ਉੱਠ ਖਲੋ ਚੱਲੀਏ ਹੁਣ ਆ ਜਾ ਚਲੋ ਨੀ ਭਰਾ ਨੂੰ ਕੁੱਲਾ ਵੀ ਪਾਓ ਤੇ ਸੁਰਮਾ ਵੀ ਪਾਓ ਸ਼ਾਬਾਸ਼ ਮੇਰੀ ਭੈਣ ਇੰਨਾ ਸੋਹਣਾ ਲੱਗ ਰਿਹਾ ਮੇਰਾ ਵੀ ਮਾਂ ਸਦਕੇ ਸੋਹਣੀ ਭੈਣ ਮੇਰੀ ਏ ਤੇ ਆਪਣਾ ਲੱਭਾ ਕਿੱਥੇ ਆ ਉਹ ਨਿਉਂਦਰੇ ਦੇ ਬੈਠਾ ਹੈ ਤੂੰ ਨੁਕਸਾਨ ਕਰਾਏਂਗੀ ਵਿਆਹ 'ਚ ਕਿਉਂ ਲੱਭਿਆ 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 ਕਿ ਨਹੀਂ ਲੱਭਿਆ ਉਹ ਮੈਨੂੰ ਤੇ ਸਾਰਾ ਕੁਝ ਹੀ ਲੱਭਿਆ ਤੁਹਾਨੂੰ ਕੁਝ ਲੱਭਿਆ ਕਿ ਨਹੀਂ ਆ ਗਿਆ ਲੱਭਾ ਮਾਸ਼ਾਅੱਲਾ ਲਾਡਾ ਅੱਜ ਪੀੜ ਤੇ ਖਲੋ ਕੇ ਕੱਦ ਵਧ ਗਿਆ ਮੁੰਡੇ ਦਾ ਥੋੜਾ ਚਲੋ ਸਾਰੀਆਂ ਗੱਲਾਂ ਛੱਡੋ ਪੈਸੇ ਕੱਢੋ ਹਾਂ ਰਸਮ ਇਹ ਭੈਣਾਂ ਨੂੰ ਪੈਸੇ ਦੇ ਗਿਆ ਲੱਭਾ ਦਵਾਵਾਂ ਕਰਦੀਆਂ 50,000 ਹਾਏ ਹਾਏ ਕਿੰਨਾ 50,000 ਰੁਪਇਆ ਤੁਸੀਂ ਤੇ ਚੁੱਪ ਉਹ 125 ਲਿਆ ਸੀ ਤੁਹਾਡੇ ਕੋਲੋਂ ਤੇਰਾ ਵਿਆਹ ਕਿਹੜਾ ਰੋਜ਼ ਹੋਣਾ ਵੀਰੇ ਕੱਢ ਦੇ ਨਹੀਂ ਬਈ 5,000 ਦੇਣਾ ਵਾ ਮੈਂ ਬਸ 5 ਕਿਤੇ ਵੀਰੇ ਸਾਡਾ ਤੇਰਾ ਵਿਆਹ ਕਿਹੜਾ ਰੋਜ਼ ਹੋਣਾ ਦੇ ਦੇ 50 ਹਾਂ ਐਦਾਂ ਕਰ ਲਾਡਿਆ ਕਿ ਤੂੰ 20 ਇੱਕ ਨੂੰ ਦੇ ਦੇ ਤੇ 20 ਇੱਕ ਨੂੰ ਦੇ ਦੇ ਬਸ ਚੱਲ ਠੀਕ ਆ ਤਾਏ ਜੀ ਨੇ ਫਾਈਨਲ ਕਰਤਾ ਬਸ 20 ਇਹਨੂੰ ਦੇ ਦੇ 20 ਇਹਨੂੰ ਦੇ ਦੇ ਬਾਕੀ ਜਿਹੜੇ ਹੈਗੇ ਮੈਨੂੰ ਦੇ ਦੇ ਆ ਗਏ ਆ 20 ਤੇਰੇ ਹਾਂ ਉਹਨੂੰ ਛੋਟੀ ਨੂੰ ਵੀ ਦੇ ਮੇਰੇ ਵੀ ਤੇ ਇਹ ਹੁਣ ਖਰਚਣਾ ਨਾ ਮੈਂ ਤੁਹਾਨੂੰ ਦੱਸ ਦਿਆਂ ਅਗਲੀ ਵੱਡੀ ਤਕੜ ਤੁਹਾਡੇ ਕੋਲ ਹੋਣੇ ਚਾਹੀਦੇ ਆ ਚੱਲ ਹੁਣ 20 ਆ ਗਏ ਆ ਨਾ ਹੁਣ ਆਪਸ ਚ ਨਾ ਮੰਗ ਪਤਾ ਖੇਡ ਲੈਣਾ ਆਪਣਾ ਲਾਡਿਆ ਜੀ ਮੇਰੇ ਵੱਲੋਂ ਤੈਨੂੰ ਇੱਕ ਸਾਲਮ ਮੱਝ ਹੈ ਤੋਹਫੇ ਦੇ ਵਿੱਚ ਕੁੜੀ ਤੈਨੂੰ ਸਹੁਰਿਆਂ ਨੇ ਦੇ ਦੇਣੀ ਤੇਰਾ ਜੋੜਾ ਕੰਪਲੀਟ ਹੋ ਜਾਣਾ ਉਹ ਲਾਓ ਮੁੰਡੇ ਨੂੰ ਮੈਂ ਤੇ 2-3 ਵਾਰੀ ਕੰਨ ਤੋਂ ਲਾਇਆ ਖਾਰੇ ਤੋਂ ਕਿੰਨੇ ਲਾਉਣਾ ਮਾਮੇ ਖਾਰੇ ਕਿੱਥੇ ਰਹਿ ਗਏ ਨੇ ਇਹ ਵੀ ਮੇਰੇ ਭਰਾ ਦਾ ਮੁੰਡਾ ਹੈ ਗੋਗਾ ਓਏ ਇਹ ਵੀ ਮਾਮਾ ਹੀ ਆ ਗੋਗਿਆ ਤੂੰ ਲਾ ਤੂੰ ਲਾ ਦਿੰਨਾ ਖਾ ਰਹੇ ਹੋ ਇਹ ਕਿਹੜਾ ਔਖਾ ਭਲਾ ਚੱਲ ਵੀ ਚੱਲ ਵਾਹ ਵੀ ਵਾਹ ਏ ਆ ਆ ਵਜੇ ਢੋਲ ਉਹ ਗੱਲ ਸੁਣੋ ਹੁਣ ਸਿੱਧਾ ਨਾ ਕੁੜੀ ਵਾਲਿਆਂ ਦੇ ਘਰ ਚੱਲੀਏ ਸੋਹਰਾ ਬੜਾ ਸਖਤ ਆ ਤੇ ਦੇਰ ਹੋ ਗਈ ਆ ਨੰਗੀਆਂ ਗਾਲਾਂ ਕੱਢਦਾ ਹਏ ਮੈਂ ਮਰ ਗਈ ਅੱਜ ਮੇਰਾ ਖਿਆਲ ਕੱਪੜੇ ਪਾ ਕੇ ਕੱਢੂ ਚਲੋ ਵੀ ਚਲੋ
ठहर जाओ सस तू जंज की तलाशी लैनी है है तेल जो ना मनुसा अच्छा बिस्मिल्ला ठहर जा सारा इथे ना जोई जा सवेरे सिर नु लाउन जोगा भी रख ला बक बक बंद नहीं करनी तू परजाइए हां आ थोड़ा जिना तेल अगर मुंडे दी धुंडी च ला देना एदी खुशकी खत्म हो जाए हाय हाय भाजी तुसी भी आ बिस्मिल्ला करके कुड़िए पहला पैर पाओ तेरा घर आ गुड्डू जो बनदा सरदा देवो चल कादा 20,000 रुपया छोटा जिया बच्चा 100-200 दे के उठाओ ओ फिटे मु ब्याह शगना दा वेला जो मैं व्याहन गया सी तुसी मेरे को 50,000 लिया तू इत्थे रह के किन्ने पूरे कर ले आ 20,000 रुपया देना इनू 100-200 दवे जाके टाफियां खावे उठाओ इनू इत्थों नहीं नहीं 20 लेना असी 20 लेना 20 लेना 20 लेना 20 लेना 20 लेना ठहर जाओ बेचारे मलात लैण ओ ना नहीं यार भाई ओ लाडिया ना दे यार 20,000 बस ठीक है दबा भैन जो कह देगी मन्नी जाएगा चल उठ पुत ਉਧਰੋਂ ਆ ਕੇ ਮੈਨੂੰ ਫੜਾ ਦੇ ਵੀ ਆ ਗਿਆ ਵੀ ਚਲੋ ਅੰਗੂਠੀ ਵਾਲੀ ਰਸਮ ਕਰੋ ਮੈਂ ਲੈ ਕੇ ਆਈ ਦਬਾ ਲਿਆ ਅੰਗੂਠੀ ਪੁੱਤੇ ਹੁਣ ਤੁਸੀਂ ਅੰਗੂਠੀ ਲੱਭਣੀ ਆ ਕੁੜੇ ਤੂੰ ਜਿੱਤਣਾ ਅੱਛਾ ਹਾਂ ਜੇ ਤੂੰ ਜਿੱਤੇਗੀ ਤੇ ਬੰਦਾ ਸਾਰੀ ਉਮਰ ਥੱਲੇ ਲੱਗਾ ਰਹੇਗਾ ਹਾਂ ਵੇਖੋ ਕਿਧਰੇ ਦੁਕਾਨ ਤੋਂ ਲੈਣ ਚਲੇਗੀ ਅੰਗੂਠੀ ਤੇਰੀ ਜਨਾਨੀ ਆ ਤੂੰ ਵੇਖ ਉਹ ਤਾਇਆ ਆ ਗਈ ਆ ਗਈ ਆ ਓਏ ਅਪਰਾਧ ਲੈ ਆਈ ਆ ਮੈਂ ਕਿਹਾ ਪਤਾ ਨਹੀਂ ਬੱਸਾਂ 'ਚ ਕੱਚੀ ਕਰੀ ਵੇਚਦੀ ਆ ਲਓ ਜੀ ਜਿਹੜਾ ਅੰਗੂਠੀ ਲੱਭੇਗਾ ਉਹਦੀ ਦੂਜੇ ਬੰਦੇ ਤੇ ਹਕੂਮਤ ਹੋਣੀ ਆ ਹਾਂਜੀ ਆ ਦੇਖ ਲੈਣਾ ਕਾਕੋ ਜਿਹੜੀ ਮੇਰੀ ਆ ਨਾ ਆ ਅੰਗੂਠੀ ਲੱਭੇਗੀ ਹਾਂ 2-3 ਆ ਕੁੜੀਏ ਅੰਗੂਠੀ ਲੱਭਣੀ ਆ ਤੂੰ ਸੋਨੇ ਦੀ ਆ ਮੈਨੂੰ ਦੇ ਦੇਈ ਹਾਂ ਹੈ ਕੀ ਹੋ ਗਏ ਜੇ ਉਹ ਲਾਡਿਆ ਪਹੁੰਚੇ ਟੰਗ ਕੇ ਪਰਾਚ ਵੜ ਜਾ ਹਾਂ ਹਾਏ ਆ ਲਾਡਿਆ ਛੱਡ ਤੈਨੂੰ ਐਡਾ ਸ਼ਵਾਰੇ ਖਾਦੇ ਆ ਸ਼ਾਬਾਸ਼ ਕੁੜੀਏ ਲੱਭ ਪੁੱਤਰ ਲੱਭ ਆ ਮਾਂ ਸਦਕੇ ਜਾਏ ਨਹੀਂ ਸਾਡੀ ਕੁੜੀ ਵਿਨਰ ਵਿਨਰ ਕੁੜੀ ਵਿਨਰ ਹੋ ਗਈ ਲਾਡੇ ਨੇ ਜਲੀਲ ਕਰਾਤਾ ਸਾਨੂੰ ਲਾਡੇ ਨੂੰ ਵੀ ਇਥੋਂ ਲੱਭਣਾ ਕੱਖ ਵੀ ਨਹੀਂ ਕੀ ਹੋ ਗਿਆ अस्सलाम वालेकुम लगता है आवाज नहीं सुनी मैं क्या अस्सलाम वालेकुम जी वालेकुम अस्सलाम तुसी ठीक हो ना जी मेरा मतलब है तबीयत भी ठीक है ना हाँ कोई ना जी गल नहीं करनी तो कोई ना अपन बादों कर लांगे घूंघट ता चक्कू ओहो अच्छा जी जी तुसी कुछ कह रहे सी ओ हाँ जी कहना सी पर भूल ही गया असल च ना तुसी जी दूरों ते सोने लगते हो पर नेड़ो ना जी बाले सोने लगते हो आज ना मैं तुहानू एक तोहफा देना अपने हाथ नाल मुंदरी पौनी हुण ते मेरा हक आ अच्छा मैं ना तेरे नाल एक गल करनी सी जिहड़ी मेरी मां है ना वो निम दी छां है जे तू उन्हूं मां समझेगी ना ते वो तेनूं बड़ा प्यार करेगी एक मेरी भैन वो ना अपने बच्चे अपना शौहर बस इन्हां विच ही उलझी रहिंदी ते जेड़ी मेरी छोटी भैन है ना वो साड़ी लाडी है जान छिड़क दीजिए मेरे तो बस
ਉਹਨੂੰ ਵੇਖ ਵੇਖ ਜੀਨਾ ਜੀ ਅਤੇ ਜਿਹੜਾ ਉਹਦਾ ਬੰਦਾ ਨਾ ਲੱਭਾ ਮਿਹਨਤੀ ਤਾਂ ਬਾਹਲਾ ਹੈ ਪਰ ਪਤਾ ਨਹੀਂ ਉਹਦੀ ਕਿਸਮਤ 'ਚ ਕੀ ਆ ਬਸ ਕੋਈ ਕਾਮਯਾਬੀ ਨਹੀਂ ਹੋ ਰਹੀ ਅੱਲਾ ਖੈਰ ਕਰੇਗਾ ਅਤੇ ਉਹ ਲਾਲ ਜੋੜੇ ਵਾਲੀ ਕੌਣ ਸੀ ਤੁਹਾਡੇ ਨਾਲ ਨਾਲ ਲਾਲ ਜੋੜੇ ਵਾਲੀ ਅੱਛਾ ਓ ਉਹ ਪਾਰੋ ਹੈ ਮੇਰੀ ਮਾਸੀ ਦੀ ਧੀ ਬਸ ਮਾਸੀ ਦੀ ਧੀ ਹਾਂ ਮਾਸੀ ਦੀ ਧੀ ਉਹ ਮੇਰੀ ਮਾਸੀ ਬੁਸ਼ਰਾ ਨਾ ਉਹਦੀ ਧੀ ਆ ਅੱਛਾ ਜੀ ਹੁਣ ਤੁਸੀਂ ਆਰਾਮ ਕਰੋ ਆਪਾਂ ਚੱਲਦੇ ਹਾਂ ਕਿੱਥੇ ਚੱਲੇ ਹੋ ਅੱਬਾ ਕਹਿੰਦਾ ਸੀ ਬਈ ਜੇ ਤੁਸੀਂ ਕਿਸੇ ਨੂੰ ਪਿਆਰ ਕਰੋ ਨਾ ਅਤੇ ਉਹਨੂੰ ਆਪਣਾ ਬਣਾਉਣਾ ਚਾਹੋ ਉਹਨੂੰ ਟਾਈਮ ਦਿਓ ਬਸ ਮੈਂ ਨਾ ਤੁਹਾਨੂੰ ਉਹੀ ਵੇਲਾ ਦੇਣਾ ਚਾਹ ਰਿਹਾ ਸੀ ਮੇਰੀ ਮਾਂ ਨੇ ਵੀ ਮੈਨੂੰ ਕੁਝ ਦੱਸਿਆ ਸੀ ਕਿ ਸਜਦਾ ਸਿਰਫ ਖੁਦਾ ਨੂੰ ਜਾਇਜ਼ ਹੁੰਦਾ ਅਤੇ ਜੇ ਔਰਤ ਵਾਸਤੇ ਕਿਸੇ ਹੋਰ ਨੂੰ ਜਾਇਜ਼ ਹੁੰਦਾ ਉਹ ਸ਼ੋਹਰ ਹੁੰਦਾ ਇਸ ਲਈ ਤਾਂ ਉਹਨੂੰ ਮਿਜ਼ਾਜੀ ਖੁਦਾ ਕਹੀਦਾ ਹੁਣ ਖੁਦਾ ਹਕੀਕੀ ਹੋਵੇ ਜਾਂ ਮਿਜ਼ਾਜੀ ਉਸ ਤੋਂ ਦੂਰੀ ਦਾ ਮਤਲਬ ਹੈ ਅਜ਼ਾਬ ਲੈਣਾ ਤੇ ਤੁਸੀਂ ਮੈਨੂੰ ਆਪਣੇ ਆਪ ਤੋਂ ਦੂਰ ਰੱਖ ਕੇ ਕਿਉਂ ਅਜ਼ਾਬ ਦੇਣਾ ਚਾਹੁੰਦੇ ਹੋ ਅੱਛਾ ਜੀ ਜੇ ਆਹ ਗੱਲ ਤੇ ਆਪਾਂ ਨਹੀਂ ਜਾਂਦੇ ਵੈਸੇ ਮੈਂ ਤੈਨੂੰ ਇੱਕ ਗੱਲ ਦੱਸਾਂ ਤੂੰ ਬਾਹਲੀਆਂ ਸਿਆਲੀਆਂ ਗੱਲਾਂ ਕਰਨੀਆਂ ਤੇਰੇ ਨਾਲ
अच्छा लाडी जी, आज मासी दे पारो घर जा रहे ने, ते तू की गल नहीं सी करनी ना नाल? गल ता करनी आ, पर जे तुसी पूछ लवो पहले पारो कोलो ते। इन्ना ने कदे किसी कोलो पुछिया दसिया नहीं लाडी, नहीं ता मेरी जगह पारो हुंदी। कोई किसी दी जगह नहीं लैंदा पारो, ते नाले जोड़ियां रब ने आसमान ते बनाईया ने। लाडी ने ना तेरी जोड़ी लभ लई आ, जे मासी नूं ते तैनूं पसंद होवे तां। की मतलब, एदा पारो दा कोई रिश्ता आया? जी खाला जी, पारो मैनूं बहुत सोहणी लगदी आ। जे रब दी मेहर होई ना, तुहाडे घर अपन तों पहला रिश्ता बूए ते खलोता होएगा। वाह धीए वाह, तू एडी चंगी है। लाडी, लाडे नाल तां तू ही जचदी है। लाडे दी खुशियां च डाका मारन आई सां, पर तू तां मेरी खुशियां मेरी चोली च पा रही है। ना कुड़िए, इंज दियां गल्लां नहीं करी दियां। चल पुत्र, फिर टाइम सिर घर पहुंचिए। हाँ जी बिल्कुल पहुंचना चाहिए। आज ते टाइम नाल ही सौ गई। हाय हाय, मैं मर गई। हाय मैं की करा? की होया? हाय मेरे टिड्डी च पीड़ा। चल डॉक्टर को चलिए, उठ जा, आ जा। नहीं डॉक्टर को नहीं जाना। क्यों? ओ गल आया, जदों तीकर मैं सारी गल्लां तुहानू दस ना लिया, मैनू चैन जा नहीं मिलना। अच्छा जी, ते फिर इंज कर भी पहली तो लेके आखिरी गल सारी मैनू दस दे। आ जा। लाडिये, लाडिये। जी माँ जी। बाहर आए ना जरा। जी माँ जी, दसो की होया? ओ पुत्र ओए, ओ रोटियां वाले डब्बा में तैयार कीता है, ते लब्बे नु कह जाके डेरे ते दे आवे। माँ जी, जे तुसी इजाजत दियो ते मैं दे आवा। हाँ क्यों नहीं, तू फड़ा आ रोटियां, ते नाले गल सुन, मैनू ओ की कहंदे ने अलमारी दियां चाबियां दे दे। आओ ठीक है। चल मेरा पुत्र। सप्प वाली गेम मैं खेडन दिया, बाहर को नवा ही सप्प निकल आया, चाबियां भी ओदे कोल ने। आ जाके मैं लाडे नू रोटी दे के आना सा, वो भी मेरी नौकरी जांदी रही है, एक घर च की तब्दीली आ गई है। कोई गल नहीं, इनिया मोबाइल च गेमा नहीं जिन्निया मेरे जेहन च ने। हीर नूं ते पुछां जाके 24 घंटे मेकअप ही करदी रहिंदी है। तेरे बड़े दंद निकल रहे हैं, आ तू वेख लई, अगली ने इसे तरह सारा घर अपने कंट्रोल च कर लेना, ते बड़ी इज्जत ना रहेगी इस घर विच। याद कर, यही क्या सी ना खाला ने? ओहो मैनू सब याद है, हुन मैं सारे सामने ओदी गुट पुट लां? मैन तो उस वेले दा इंतजार है, ए जिन्नी मर्जी चंगी बन जाए या लाडली बन जाए, पैंदा एक कतरू वीरे दी जिंदगी हला छड़दा है। मेकअप करदिया होया रोण वालियां गल्लां नहीं करी दियां, आ खराब हो गया, फिर कर। आ भाई हले, ओ खाले खाले। ओ आ भी लाडिये, आ जा बह जा। लो जी आज रोटी खाने का स्वाद ही आ जाना, जे तू अपने हाथों नाल बना के ले आई है। मैं बनाई तो नहीं हाँ, पर लेके बड़ी दूरों आई हाँ। चल कोई ना, बादों खा लांगे। चल आ मैं तेनों अपनी जमीन खा के ले आवां। चलो विखाओ। चल आ जा। अच्छा पता है की है, एथू लेके ना उस खाल तक वेख रही है ना, ए अपनी कनक है, 10 किले कनक लाई है, ते जे सही विक गई ना ते मैं तेनू सोने दे कंगन लेके देंगा। मेरे लिए ता एही सोने तो वद ने। अच्छा जी। चलो रोटी खाइए। चलो
ਵੀਰ ਜੀ ਸਤਿ ਸ੍ਰੀ ਅਕਾਲ ਜਿਉਂਦੀ ਰਹੋ ਭੈਣ ਮੇਰੀ ਹੈ ਖੈਰ ਤੇ ਨਾ ਪਾ ਜੀ ਤਬੀਅਤ ਠੀਕ ਹੈ ਨਾ ਤੁਹਾਡੀ ਉਦਾਸ ਕਿਉਂ ਬੈਠੇ ਹੋ ਕੀ ਦੱਸਾਂ ਪ੍ਰਦੀਪ ਕੌਰ ਜਦੋਂ ਦੀ ਲਾਡੀ ਇਸ ਘਰ ਚੋਂ ਗਈ ਹੈ ਇਹ ਘਰ ਵੱਢਣ ਨੂੰ ਪੈਂਦਾ ਤੁਸੀਂ ਵੀ ਤੇ ਕਾਫੀ ਦਿਨਾਂ ਬਾਅਦ ਇਸ ਘਰ 'ਚ ਪੈਰ ਪਾਇਆ ਜਦੋਂ ਲਾਡੀ ਹੁੰਦੀ ਸੀ ਉਦੋਂ ਹੈ ਇਹ ਵਿਚਲੀ ਕੰਧ 'ਤੇ ਕਦੀ ਨਜ਼ਰ ਹੀ ਨਹੀਂ ਸੀ ਆਈ ਹਰ ਵੇਲੇ ਕੰਧ 'ਤੇ ਆ ਕੇ ਤੇਰੀ ਆਵਾਜ਼ ਸੁਣਾਈ ਦਿੰਦੀ ਸੀ ਲਾਡੀ 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 ਅਤੇ ਹੁਣ ਆ ਬਸ਼ੀਰ ਪ੍ਰਦੀਪ ਕੌਰ ਕੋਲ ਤਾਂ ਰਿਹਾ ਨਹੀਂ ਗਿਆ ਉਹ ਤਾਂ ਕੱਲ੍ਹ ਹੋ ਵੀ ਆਈਏ ਹੈ ਉਹ ਕਦੋਂ ਉਹ ਮੇਰੀ ਲਾਡੀ ਤਾਂ ਠੀਕ ਹੈਗੀ ਹੈ ਨਾ ਉਹ ਖੁਸ਼ ਤਾਂ ਹੈ ਨਾ ਆਪਣੇ ਘਰ ਹਾਂ ਹਾਂ ਭਾਅ ਜੀ ਰੱਬ ਸੋਹਣੇ ਦੀ ਬੜੀ ਮਿਹਰ ਜੇ ਸਾਡੀ ਲਾਡੀ ਉਸ ਘਰ 'ਚ ਵਾਹ ਵਾਹ ਖੁਸ਼ੀ ਹੈ ਤੁਸੀਂ ਪਰੇਸ਼ਾਨ ਨਾ ਹੋਵੋ ਤੁਸੀਂ ਬੜਾ ਚੰਗਾ ਕੀਤਾ ਮਿਲਣ ਆ ਗਏ ਪਤਾ ਮੈਂ ਕਿੰਨਾ ਯਾਦ ਕਰਦੀ ਸੀ ਤੁਹਾਨੂੰ ਅੱਛਾ ਬਹੁਤ ਯਾਦ ਕਰਦੇ ਸੀ ਆਪਣੀ ਮਾਂ ਨੂੰ ਤੇ ਫਿਰ ਮਿਲਣ ਕਿਉਂ ਨਹੀਂ ਆਈ ਮੈਂ ਤੇ ਮਿਲਣ ਆ ਗਈ ਹਾਂ ਨਾ ਤੁਸੀਂ ਆਪ ਤੇ ਆਖਿਆ ਸੀ ਬੰਦੇ ਦਾ ਘਰ ਹੀ ਕੁੜੀ ਦਾ ਅਸਲ ਘਰ ਹੁੰਦਾ ਹੈ ਹੁਣ ਤਾਂ ਮੈਂ ਤਾਂ ਕਿਸੇ ਗੱਲ ਨਹੀਂ ਜਾਣਾ ਇਹ ਤਾਂ ਬੜੀ ਚੰਗੀ ਗੱਲ ਹੈ ਜਿਉਂਦੀ ਰਹਿ ਸਦਾ ਸੁਖੀ ਰਹਿ ਸਦਾ ਸੁਖੀ ਰਹਿ ਮੇਰੀ ਲਾਡੀ ਰੱਬ ਤੇਰੇ ਤੇ ਮਿਹਰ ਕਰੇ ਸ਼ੁਕਰ ਅਲਹਮਦੁਲਿਲਾ ਸ਼ੁਕਰ ਅਲਹਮਦੁਲਿਲਾ ਚਲੋ ਹੁਣ ਹੱਸ ਵੀ ਦਿਓ ਮੇਰੇ ਭਰਾ ਨੂੰ ਆਪਣੇ ਹੱਥਾਂ ਦਾ ਖਡੋਣਾ ਬਣਾਉਣਾ ਚਾਹੁੰਦੀ ਹੈ ਐ ਮੈਂ ਕਦੀ ਹੋਣ ਨਹੀਂ ਦੇਵਾਂਗੀ ਕੀ ਰੌਲੇ ਪੈ ਗਏ ਨੇ ਹੀਰੇ ਬਸ ਕਰ ਦੇ ਬਸ ਕਰ ਦੇ ਬੰਦਾ ਕੋਈ ਕੰਮ ਵੀ ਕਰ ਲੈਂਦਾ ਜਾ ਅੰਦਰ ਹਾਂਡੀ ਰੋਟੀ ਕਰ ਚੱਲ ਜਾ ਹੈ ਕਰਦੀ ਕੀ ਚਲਾਕੋ ਮਾਸੀ ਜੀ ਪੁੱਤਰ ਤੂੰ ਬੁਰਾ ਨਾ ਮਨਾਈ ਤੇ ਦਿਲ ਤੇ ਨਾ ਲਈ ਇਹਦੀ ਐਵੇਂ ਪਾਗਲ ਇਹਦਾ ਬੰਦਾ ਕੰਮ ਨਹੀਂ ਨਾ ਕਰਦਾ ਇਸ ਵਾਸਤੇ ਬੋਲਦੀ ਰਹਿੰਦੀ ਹੈ ਤੇ ਨਾਲੇ ਇਹ ਗੱਲ ਲਾਡੀ ਨੂੰ ਨਾ ਪਤਾ ਲੱਗੇ ਭੈਣ ਨੂੰ ਬੜਾ ਹੀ ਪਿਆਰ ਕਰਦਾ ਹੈ ਚਲਾ ਆ ਮੇਰਾ ਪੁੱਤਰ ਯਾਰ ਗੋਗੇ ਪਤਾ ਨਹੀਂ ਲੱਗ ਰਿਹਾ ਯਾਰ ਪਰੇਸ਼ਾਨੀ ਕਿਵੇਂ ਖਤਮ ਹੋਏਗੀ ਚੱਲ ਕੋਈ ਨਹੀਂ ਹੌਸਲਾ ਕਰ ਪਰੇਸ਼ਾਨੀਆਂ ਮੁਕਾਉਣ ਵਾਲਾ ਅੱਲਾ ਵਾ ਉਹ ਯਾਰ ਹੈ ਆਵਾਜ਼ ਨਹੀਂ ਆਈ ਤੈਨੂੰ ਕੋਈ ਬਾਹਰਲੀਆਂ ਸ਼ੈਵਾਂ ਦੀ ਆਵਾਜ਼ ਲੱਗਦੀ ਆ ਜਾ ਗੌਰ ਨਾ ਕਰ ਦਿਨ ਦਿਹਾੜੀ ਬਾਹਰਲੀਆਂ ਸ਼ੈਵਾਂ ਨਿਕਲ ਆਉਂਦੀਆਂ ਨੇ ਯਾਰ ਸਮਝ ਨਹੀਂ ਆ ਰਹੀ ਕੁਛ ਕਿਹੜੇ ਪਾਸੇ ਤੁਰ ਪਈਆਂ ਨੇ ਚੀਜ਼ਾਂ ਯਾਰ ਅੱਲਾ ਖੈਰ ਕਰੇ ਪਰੇਸ਼ਾਨੀਆਂ ਦੂਰ ਹੋ ਜਾਣੀਆਂ ਵਾ ਇਹ ਕਿਹੜੀ ਗੱਲ ਆ ਉਹ ਬਾਊ ਕਿੱਦਾਂ ਕਰਜ਼ਾ ਚੌਧਰੀ ਅਸਗਰ ਦਾ ਕਰਜ਼ਾ ਚੌਧਰੀ ਅਸਗਰ ਦਾ ਇਹ ਭਾਜੀ ਕਿਹੜੇ ਸਿਨਮੇ ਲੱਗਣੀ ਆ ਓਏ ਉਹ ਨਾਲੇ ਗੱਲ ਸੁਣ ਉਹ ਕੱਲ ਲਿਆ ਸੀ ਕਰਜ਼ਾ ਤੇ ਅੱਜ ਮੰਗਣ ਵੀ ਆ ਗਿਆ ਵਾਹ ਬੇਵਾ ਚੌਧਰੀ ਤੇਰੇ ਤੇ ਯਾਰ ਪੈਸੇ ਲੈਣ ਲਈ ਤੇ ਬੜੀ ਜਲਦੀ ਆ ਜਾਂਦੇ ਹੋ ਦੇਣ ਵਾਰੀ ਤੈਨੂੰ ਚੇਤਾ ਭੁੱਲ ਜਾਂਦਾ ਭਾਜੀ ਸਾਡਾ ਵਾਪਸੀ ਵਾਲਾ ਜੇ ਨਾ ਕੰਮ ਨਹੀਂ ਕਰਦਾ ਪੈਸੇ ਦੇ ਦਿਓ ਨਹੀਂ ਤੇ ਟਰੈਕਟਰ ਦੀ ਚਾਬੀ ਓਏ ਜ਼ਬਾਨ ਸੰਭਾਲ ਕੇ ਗੱਲ ਕਰ ਉਹ ਮੈਨੂੰ ਪਤਾ ਤੁਸੀਂ ਮੇਰੇ ਟਰੈਕਟਰ ਤੇ ਅੱਖ ਲਾਈ ਬੈਠੇ ਹੋ ਪਰ ਟਰੈਕਟਰ ਤੇ ਕੀ ਮੈਂ ਉਹਦਾ ਸਲੰਸਰ ਵੀ ਨਾ ਦਿਆਂ ਤੁਹਾਨੂੰ ਪੈਸਾ ਲਿਆ ਸੀ ਪੈਸਾ ਮਿਲ ਜਾਊਗਾ ਤੇ ਉਹ ਵੀ ਆਪਣੇ ਟਾਈਮ ਤੇ ਜੇ ਚਾਬੀ ਚਾਹੀਦੀ ਆ ਟਰੈਕਟਰ ਧੋਣ ਲਈ ਉਹ ਭਾਵੇਂ ਲੈ ਜਾ ਆ ਜਾ ਯਾਰ ਕਿਹੜੇ ਹਿਸਾਬਾਂ 'ਚ ਲੱਗੇ ਹੋ ਖੈਰ ਤਾਂ ਹੈ ਕੀ ਗੱਲ ਹੈ ਕੁਛ ਨਹੀਂ ਸਭ ਠੀਕ ਹੈ ਤੂੰ ਮੇਰੇ ਵਾਸਤੇ ਚਾਹ ਬਣਾ ਕੇ ਲਿਆ ਚਾਹ ਵੀ ਪਿਆਉਂਦੀ ਆ ਪਹਿਲਾਂ ਦੱਸੋ ਤੇ ਸਹੀ ਹੋਇਆ ਕੀ ਆ ਕਿਹਾ ਨਾ ਸਭ ਠੀਕ ਆ ਸਿਰ ਦੁਖਣ ਡਿਆ ਯਾਰ ਚੰਗੀ ਜਿਹੀ ਚਾਹ ਬਣਾ ਕੇ ਲਿਆ ਸ਼ਾਬਾਸ਼ ਪਤਾ ਨਹੀਂ ਕਿਹੜੀਆਂ ਸੋਚਾਂ 'ਚ ਰੁੱਝੇ ਰਹਿੰਦੇ ਹੋ ਜੇ ਕੁਛ ਪੁੱਛ ਲਵਾਂ ਤੇ ਦੱਸਦੇ ਵੀ ਨਹੀਂ
यार चाह पिया देंगी। हीरे। हाँ जी। और मैं सुनया कि लाडे नु कल चौरी असगर दे बंदियां ने राह च फड़ लिया सी। ओ कहंदे ने कर्जा कदों देना ही। अच्छा फिर? ते फिर की होना है? तू कोई ऐसी वैसी हरकत ना करी। असी ते पहले ही इस घर च नौकर बन के रहंदे हां। ओ तेरा जेवर तेरी कमेटी दे पैसे पा के भी कर्जा नहीं ओ लथना। जे तेरे कोलों पुछे ना तू कहीं मेरे को कुछ नहीं है। जेवर दा पुछणगे ते तू कहीं लब्बे दी मां बीमार होई सी उत्थे लग गए ने। कमेटी दा पुछण ना तू की 24 नूं कमेटी निकलनी सी। 23 तरीक नूं ओह माई निकल गई जिहदे अल पाई सी। हुण ओह गल नहीं रही क्योंकि ओहदी बीवी भी है। कल नूं ओहदे बच्चे भी होने ने। लगदा साडे हत्थ कुछ नहीं लगना। लब्बे मैं तेरी वोटी हाँ। मैं तेनूं वेखना है। मैं खुद हिस्सा लैण दा सोच रही हाँ। मैं खुद इस कार तों तंग आ गई हाँ। मेरा ते इस कार च रह के दम घुट है। ऐ कीती ना तूं वफादार बीवियां वाली गल। बस तू हुण इस घर च ध्यान ना रहना ही। इस घर च बड़े मुखबर फिर रहे ने। ओहो हाँ जी वेख आया। हाँ जी परफीक फसल वेख आयो। फिर की जेन बंदा थोड़ा जेन वाली केड़ी गल फसल वेख ली है। हाँ जी इको ही गल करनी है। असी भी यही चाहने इको ही गल करो। 7 लाख रुपया देंगा। उन्हें रफीक भाई है तो बहुत ही घट है। तुहानू पता है गौरमेंट का नवा रेट आने वाला है। तुहानू पता है तुसी तो फिर उसे वेचनी है ना कनक। चलो वेख लो 2-2.5 महीने पैने अजे। ਉਹ ਨਾ ਇੰਨਾ ਵੀ ਨਹੀਂ ਮਹੀਨੇ 'ਚ ਇਨਸ਼ਾਅੱਲਾ ਗੰਦਮ ਤਿਆਰ ਹੋ ਜਾਣੀ ਆਪਣੀ। ਉਹ ਸਾਨੂੰ ਪੈਸਿਆਂ ਦੀ ਲੋੜ ਆ। ਤੈਨੂੰ ਪਤਾ ਕਿ ਅੱਗੇ ਬੰਦਾ ਵੀ ਕੱਬਾ ਵਾ। ਤੂੰ ਵੀ ਖਿਆਲ ਰੱਖ। ਫਿਰ ਵੀ ਕੋਈ ਬਣਦਾ ਜੁੜਦਾ ਰੇਟ ਲਾ ਲਓ ਤੁਸੀਂ। ਮੇਰੀ ਸਮੇਂ ਜਿਹੜੀ ਗੱਲ ਆਉਂਦੀ ਹੈ ਨਾ 7.5-7 ਲੱਖ ਰੁਪਇਆ। ਚਲੋ ਇੰਜਾ ਵੀ ਰਫੀਕ ਭਾਈ ਅਸੀਂ ਨਾ ਜ਼ਰਾ ਸੋਚਦੇ ਹਾਂ। ਚਲੋ खड़ी फसल का भा इन्ना भी घट नहीं हुंदा जिन्ना तुसी कहन डए हो। इन्हें पकना वा इस दाने मना मुई निकलने हैं। चलो ठीक लो फिर 2-2.5 महीने तुहाडे कोल टाइम है ही। करने हां इस गल तो मरदे हां आपां 2-2.5 महीने तो। रफीक भाई सानू फिर कुछ सोचण दा टाइम दिओ जरा। फिर करने हां तुहाडे नाल। फोन ते रहेगा राबता फिर असी सलाह करके तुहाडे नाल ते फिर जिथे टक लग्या तुहानू फिर दस दांगे। चलो ठीक है तुसी लाडे नाल कर लो सलाह। उत्थे ही आ जाओ अड़त ते। हाँ मैं तुहानू उत्थे बह के कर लांगे। ठीक हो गया मेहरबानी बहुत शुक्रिया। ठीक है फिर अल्लाह हाफिज। अच्छा जी रब राखा। यार इत्थे कम नहीं बनता इंज। ये ते चौधरी असगर खमी चढ़िया अपने वो किद्दां मैनेज होगा सारा काम। यार जे फसल बेच के भी ते कर्जा भी ना लवे ते फिर की फायदा। मजबूरी आ फा ते लेना पैना ही आ। मैं ना एक जरूरी गल करनी सी तुहाडे सारिआं नाल। बोल। मैं सोचा सी कि फसल चंगी विकजूगी ना ते कर्जे भी लस जाएंगे ब्याह वाले ते घर का भी कुछ कर लांगे। पर वो ना इस बारी फसल का रेट चंगा नहीं लग रहा ते मैं लगता है कि कर्जा भी नहीं लेना ये नाल ते। उदो मैं कुत्ते वांगू भौंकदा सी मेरी सुनी किसी ने नहीं। सादगी ना ब्याह कर लो ना एडा कट करो। उदो तो आपे कह रहे से इन्हू भी बुला लो उन्हू भी बुला लो। है मैं गुस्से ना गया तुसी मन लिया। गुस्सा हराम हुंदा है ते हराम गल्लां कद लई मानदे तुसी। आ वेख लो जिले का मुंडा सारा टब्बर लैके आ गया। 1 रुपया न्योंदरा नहीं पाया लड़के हो गया। भाई गल सुनो हूँ गल है वे भाई जिदे को भी कोई जोड़ जमा है ना वो सारी कढ़ो कट्ठी करो भी ये औखा वेला लंघाई है।
पाए मेरे को तो कख भी नहीं है हूँ तो मैं तुम्हें यह भी नहीं कह सकती मैं कितरों फर के तुम दे दिनी हाँ नहीं वह जेवर कितने लिया के दे भरा ओनू लौड़ पई है वह वेच के अपना कम सवारे जेवर जेवर तो जो इन्हों की अम्मी बीमार हुई सी उदो ही सारा वेख गया तुम पता हस्पताल माँ तो किन्ने पैसे लगे ना माँ बची ना जेवर बचे चलो स्यापा शुरू हूँ तो भोरा भी नहीं रहा मेरे को कुछ वह कुछ नहीं होंगे तुम सारे बेफिक्र हो जाओ आखो तुम सारे परेशान ना हो मैं आपे ही कुछ कर लाँगा पुत्र रब तेरी मदद करेगा ठीक है बस हो जाएगा कुछ मैं तो डर कबूआ ना गड़का दे करदा वो कुछ नहीं होंदा कुछ नहीं होंदा तू परेशान ना हो तो तू ही कहनी सी मेरी कंड ना लगे इंज ना होवे इंज ना होवे चुप कर वे न्योले दे मुंह वालिया तुहानू पता है माँ जी आए सी बहुत खुश सी मेरे लिए कपड़े भी लेके आए सी हाँ ओह तू कुछ कह रही सी की गल आ कुछ दसो तो सही ओ कुछ नहीं बस पहलियां दी गल आ तू परेशान ना हो लाडे मियां बीवी एक दूजे दी तंद होंदे वा एक दूजे कोलों गल्लां लुकाउणियां नहीं दसनियां चाहीदियां बाली सियाणी हो गई तू रुको एक मिनट हेलो अच्छा ते तेनू पता चल गया जट दा पुत्ता ऐ ते नहीं होन देंदा ले लो ना तेनू क्या ना ऐ नहीं हो सकता ओ मैं आप कुछ कर लांगा चल शाबाश रख ठीक है एक करा चेंज होएगा ते की बनेगा मैं कर लेनी है गल हीरे नी हीरे इधर आए ना जरा ओ की होया तू तो तूफान ही सिर ते चक लेनी है तू चुप कर वे मुंडिया तू बगाना पुत्र है मैं तेरे मुंह नहीं लगना चाहती ना हुन की हो गया नी गल सुने ना नी तेरे भरा ने तेनू किसी शह की कमी आन दी है अज ओनू लोड़ पई है तो तू झूठ बोलन लग पई है ओ जेवर ते पैसे तेरे नहीं तेरे भरा दे ने जा लेके आ मेरे का कुछ भी नहीं है मेरे ते इल्जाम लाओ हो होए इल्जाम वाली केड़ी गल है मां जी की हो गया जे ए की गल्ला कर रहे हो तुसी मेरी भैन मैनू धोखा नहीं दे सकती मैं नहीं जे मनना ए ते मैनू लाडी ने दस्या एदे कोल पैसे भी ने ते जेवर भी है जे ए गल सच होई ना ते शायद मैं अपनी भैन नू ते माफ कर दियां ते जे झूठ होया ना मैं अपने आप नू माफ नहीं कर सकांगा जा मेरी भैन दे इन्हां नू तलाशी जा क्यामत आने वाली आ अपने घर च आप ही तलाशी दियो दियो जी तलाशी लवो जी तलाशी ठहर जे चलाको मासी मैं अगे जाना है घरां च इंज होण लग पए तो फिर फड़ा चाबी इधर ओ मां जी खब्बे पासे खुलनी खब्बे पासे पता है मैनू कि खब्बे पासे खुलनी पहले तालियां दा काम करदी रही सी एडा तू दिल दा डॉक्टर हाय हाय चाबी किधर गई ओ बेचा हाय हाय स्यापा मेरे को कुछ भी नहीं है चुप कर जा मैं चपेड़ मारनी हूं मेरे ते क्यों इल्जाम ला रहे हो ओ मां जी एदा दे थाने वाले तलाशी लेंदे आ मैं बूथे तेरे ते ना चंड मारनी हूं आज ते तबीयत भी हवालदार वर्गी होई है नहीं मिलेगा कुछ कुछ नहीं है अंदर एडा तेनू काला घबरा पिया है कुछ नहीं मिलेगा ओ नहीं नजर आंदा ते बाहरों ऐनक ले आ दे हाय हाय पुत मेरे दा व्याह ते दिल पत्थर हो गए ने सारियां दे ओए उथे तेरी धी दा मेकअप या होर की होना मैं तेरे को सलाह लई एडा तू किरम ब्यूटी पार्लर खोले ओ बंद करके आ खुला
हाँ जी माँ जी लै ली तलाशी होगी तसली हूँ लैबरेडोर कुत्ते लाए वो लै लैन तलाशी ओ लाडे पुत्र कुछ नहीं लब्बा मैं नहीं चाहती सी पापी दे चोर सारे सामने आए जब तो पापी इस कार आई है उन्हें मेरा इस कार रहना पसंद नहीं कहती है लाडा सिर्फ लाडी दा है तेरा भरा दे इस घर च अज तक किसी ने किसी का माड़ा नहीं सोचा दिल ते नहीं मनता पर की करा अखां वेख्या किवें छड़दा मैं झूठ नहीं बोलती लाडिया काश तुसी मेरा मान रख लेंदे मेरे प्यार दा बचा हो जांदा प्यार दा ते पता नहीं लाडिए पर रिश्ते बचाने आंदे आ मैनू जड़ा तेनू ना आया ते ना तू सिख सकी तुसी मेरे बारे सारियां गल्लां सुन कीवे लईयां ते की करा अखां विखिया छड़दा जो मेरे सामने होया भुला दियां पर तू फिकर ना कर लाडी जे मैं अपनी भैन नू माफ कर सकना ना ते तेनू भी माफी दा हक है जा तेनू भी माफ कीता कोई लोड़ नहीं मेरी भैन नू माफी मंगन दी लाडी झूठ नहीं बोलती मैनू तां पहले ही शक सी एक कार तेरे काबल ही नहीं एक कार की एक कार च रहने वाले भी तेरे काबल नहीं है मैं तेनू इत्थे नहीं रहन देंगा लाडी चल मेरे नाल असी ये सोचिया सी असी बहन दा व्याह उत्थे करांगे जिथे साडन भी इज्जत वध होएगी इस घर च इहदी कोई इज्जत नहीं कोई कदर नहीं इत्थे 24 घंटे बेइज्जती दा मकाम बने होया इत्थे बहन नू नहीं छड्डांगे असी नाल लैके जावांगे ना लाडी नहीं जाना मेरे भरा सामने खलोते ने मैं केरी हाथ छड्डो लाडी ना मैं तेनू घरों कढ़िया ते ना मैं तेरा हाथ छड्डिया हुण मैं तेनू उदों ही लैण आवांगा जदों आप कहेंगी कि मेरा हाथ फड़ के लै जा मैनू चल बहना घरे चलिए नहीं जान दे मैनू ओ लाडे होश कर अपने घर नू हस्पताल बनाया होया दाखल होया ओ होश कर ला पा परेशानियां आउंदियां जांदियां रहिंदियां ओ मैं तेरा यार भरावां वरगा वा क्यों परेशान हुंदा वा तू आ सोना की भाव दो लख तो उत्ते है यार दो लख अब 1200 दी चांदी ता वेचना पहला होर मेरे लायक को खिदमत आ ते ओ दस आ करंडी दा सूट भी भाई वेच दिना वा आ साफा ताजा ही लिया वा 117 दा कहना ते भी वेच दिना वा ओ तू परेशान ना हो भाई मैं तेरे नाल हाँ ओ भाई तू कहना ते मैं चिंगची भी वेच दिना वा गोगे यार तू मैनू इन्ना ही घटिया समझ ले जी मजाक ना कर यार गल ए वा भाई मैं अपना कर्जा लाने लई यार दोस्तां दीआं चीज़ां थोड़ी वेचनियां वा मैं सोच रहा वा मैं इसनू गिरवी रख दी है ओ ना भाई ना ए नहीं मैं होण देना ए तां चाचा जी भी अल्ला जंत नसीब करे कहिंदे हुंदे सी कि लाडा कल्ला नींगा मैसी ओहदा भरा वा जिथे औखा वेला होया मैसी ओहदे भरावां तेरा नाल खड़ूगा यार गुगे मैनूं लगदा वी ओह टाइम आ गया यार ते हुण मैसी ने मेरे काम आना वा ते भाभी हाँ यार गुगे बाकी मसले तां हल कर लांगे यार पर ओदी समझ ही नहीं आई यार इंज हाथ छुड़ा के चली गई मेरे को फिकर ना कर एक फोन कर उन्हें आप ही आ जाना ना गोगे ना फोन नहीं करना पाई ले आई तेरी जेद नहीं जांदी ओ किसे जगह ते बंदा आप भी नीवा हो जांदा मैं ले आऊंगा भाई ओनू जाके तू नहीं जाना ओ मेरा मुंह देख के डर जाना उन्हें ए गल नहीं गोगे हुण उदों ले आवांगा जदों आप मैनू फोन करेगी ते कहेगी मेरा हाथ फड़ के मैनू इत्थों लै जा चलो फिर अडीको दे फोन घर बैठे ना करे यार ना करे Thank you.
किन्ना सौखा सी नजरा चुराना तेरे ले किन्ना सौखा सी हाथ नू छुड़ाना तेरे ले तू ते कदर न जानी दिलदार वे असी कर दे सा तेरे नाल प्यार वे क्यों कीते सिवा दे खाईया सी कसमा जे तू निभाईया सी जगदिया रस्मा याद तेरी तड़पावे जदों आवे तेरू कुरलावे तू एक बारी आ नाम सदके जावा मेरे ते इदा नहीं कहीदा नहीं मां जद उन्हां नूं मेरी लोड़ सी मैं उन्हां नूं कल्ला छड्डता मैं इन्नियां मुसीबतां विच उन्हां नूं कीवें छड्ड आई मां तुसी उन्हां नूं फोन करके आखो मैनूं आके इत्थों ले जाण कोई लोड़ नहीं किसे नूं फोन करन दी इन्नी छेती हार मन ली माँ तेरे
जा जा के बाहर चूल्हा चौकी कर जेड़ा तू कदी नहीं कीता। जा मेरी थी। अच्छा जी चुप कर जा लाडी, रब सोना मेर करेगा। इज्जत की जाना। चलो कोई ना, तेरे वास्ते आज भी ओहो ही स्कीम बाकी है। चार पांच सोने जे तरले कर ते मेरी तारीफ दे कुछ बोल बोल ते ट्रैक्टर ले जा। चौधरी साहब तुसी बहुत वधिया बंदे जे, रब ने तुहानू लोकां दी मदद करन दे काबिल कीता, ते मैं बड़ा ही गुनाहगार बंदा जिन्हें अखां ते पर्दा पा के तुहाडे कोलों सूद ते कर्जा ले लिता। गल जारी रख लड़िया। ते सूद रब नाल जंग दा ऐलान है ना बीबा, मैं ते इस काबल नहीं। तुसी अपना वेख लो कि तुसी रब नाल जंग करनी है या रब कोलों माफी मंगनी है। ते रही गल पैसियां दी, ते आलो चक्को अपने पैसे ते लम्या ट्रैक्टर दी सीट ते ना बमी, उरे चाबी फड़ा। तू सही आख्या लाडे यार, मैं सुने रब नाल जंग नहीं कर सकता, मैं सुने रब कोलो माफी मंगनी है। की करा अगवाई सुन ल, अगवाई सुन ल। हक दी आवाज दा जवाब दियो चौधरी साहब, रब दी रहमत तुहाडे जवाब दी मुंतजर है। रब ते बड़ा गफूर रहीम है, ओ ते मैनू माफ कर देगा। तू भी मैनू माफ कर दे यार लड़िया। ना चौधरी साहब मैनू माफ कर दे, आ मेरे सिरे नू चब्बी पा के ठंड पा दे। माफ कर दिते ना यार। बस ना ना परजाई, आ मेरा भरा नहीं रहा ते की साडे रिश्ते खत्म हो गए। मैनू पहले क्यों नहीं दसिया कि मेरा लाडा जेड़ा वो एडी मुसीबत च फसिया होया। पाजी चंगा होया तुसी आ गए हो, मेरा लाडा कला रह गया कला। बस कर दे परजाई, बस कर दे। मेरे लाडे नू इस नौबर तक तुसा बचाया तुसा, और मेरे भरा ने ओदा नाम लाडा इसलिए रखिया सी कि ओदिया खुशियां पूरिया होनगिया, पर तुसा अपनी फजूल खर्चियां ते फरमैशां लई उन्हूं कर्जा लैण ते मजबूर किया। उन्हें कर्जा खुशी नाल नहीं लिता, तुहाडियां खैशां ते फरमैशां पूरियां करन लई लिता। ओ ताया मैं ते कहा सी व्याह सादगी नाल कर लो, पर मेरी इस घर च सुनदा कौन है। ना ते ताया जी व्याह कि रोज़ रोज़ होंदा है, मनिया असी गरीब हाँ पर इज्जत वाले हाँ। मेरे वीर दा व्याह अगर धूमधाम ना ना हुंदा ते मेरी माँ दा ना कट जाना सी। वाह आ आ गल कीती आ तू काम दी, आ गल ना ते जेवर केड़े मामे नू वेचण गई है। हाय वाह मेरी ती मासूम, हाय नी चूचो अपना शेखपुरे ला घर किराए ते चाढ़ के ते ओदा किराया खानी है, हैं? ते इस लब्बे दे नाल पटवारी कलों हिस्सेदार हिसाब किताब पूछनी है। गरीबड़िए ना तो इस घर च रह के असी मियां बीवी ने इन्नी खिदमत की थी ना दी, साडा ये भी हक नहीं बनता। मैनू ना अपनी इस धी का मूंह मारदा समझ आई ना, इस वजह तो मैं चुप हाँ।
तेरा बेड़ा गर्क। एक मिनट, अपनी धी जिन्ना मर्जी मारो, पराए पुत हथ लाने का तेरे कोई हक नहीं। रोटियां खाना है तू मेरिया ते एडा तू बिगाड़ना तेरा मैं कख ना उठा दा बजे दा ओ नार खा ओ दाए बढ़िया खाना चल नहीं उठ अम्मी जी एनु ना मारियो अम्मी जी आ एनु ना मार आयशा मेनू पे अम्मी जी ना कर मेनू माफ कर दे अम्मी जी ओ कुड़िया नु नहीं मारीदा अम्मी जी माफ कर दे मेनू चल दफा हो पर मर घर जवाइयां नु कुट कहंदे आ जे सुबह दा भुलिया शाम नु घर वापस आ जे ना ते ओदे कोलो भांडे धोवाई दे आ एक दो दिन दे दियो धो देने आ भांडे चल अपना बोरिया बिस्तरों में से निकल इथो चल ओ बड़ा तेरा डॉट कॉम वर्गा मुंह है अगे डर डर लाडे पुत्र हुन ते कर्जा भी लथ गया ते मैसी भी घर आ गया तेरी भैन ते लब्बे नू अपनी गलती दा एहसास भी हो गया हुन क्यों परेशान ओ पाजी लाडे दा घर हुन भी हुधूरा है एदा एतबार भी टुटा ते सजा भी किसे नू मिली लाडी दा कोई कसूर नहीं है लाडे पुत्र तेनू लाडी दे प्यार ते यकीन होना चाहिदा सी तेनू ओनू पछाणन च गलती हुई आ ते पुत्र हुण गलती ते डट के खलोना ते ओनू अनाह दा मसला नहीं बनाना इस बदबख्त अनाह ने किन्ने ही प्यार करन वालियां दे कार ते दिल उजाड़े न हाँ पुत्र ओए असल हीरो ओ हुंदा जिहड़ा अनाह नू शिकस्त दे के ते अपनी गलती नू सुधारे जा जा लाडे पुत्र लाडी दे कार दिन दी रोशनी नू पहुंचन तो पहला पहला तैनू पहुंचना चाहिदा आहो लाडे पुत्र जा मेरी लाडी नू लेके आ उठ छेती लेके आ उठ ना ओ तेरी एडी जुरत ओ तू इत्थे लैण की आया तेरी जुरत किवें हुई इत्थे आंदी इशफाक फुफो चुप कर वे बंद कर अपनी बकवास ओ पर तैनू शर्म नहीं आंदी प्रौणे ने लैंज गल करी दी इने जो कीता ओए सबर कर मैं हैगा ना घर दा वड्डा मैनू गल कर लैन दियो हां भाई प्रौणे आ किधर आए अकल जी मैं तुहाडे कोलों माफी मंगन आया ना साढ़े को माफी मंगन की लोड़ नहीं माफी मंगनी है तो उत्ते जाके उस नुमानी को माफी मांग जिदा तू दिल तोड़े है जिदिया अखा च अथरू लैके आया है भाजी वो जावेगा तो माफी मंगेगा ना हाँ गल तो भी ठीक है भी जा दफाओ भाजी ली पानी लिया बबू भाजी लाडी मेरे को बहुत वड्डी गलती हो गई यार मैं माफ कर दे मैं तेरे ते यकीन नहीं किया पर मैं की करदा भैन दे अथरुआ ने मैनू अन्ना करता सी मैं तेरे सच का चानण नहीं वेख सकिया पर जद तू हाथ छुड़ाया ना मेरी तो दुनिया ही वीरान हो गई यार एहो जी गल्ला ना करो कसूर मेरा सी ना
ਮੈਨੂੰ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੀਦਾ ਸੀ। ਮੈਂ ਤਾਂ ਬਹੁਤ ਵੱਡੀ ਗਲਤੀ ਹੋ ਗਈ। ਹੁਣ ਰੋਂਦੀ ਰਹੇਗੀ? ਚਲੋ ਹਾਂ, ਉਹ ਤਾਂ ਸਹੀ ਹੈ। ਉਹ ਮਹਿੰਦਰ ਸਿਆ, ਇੱਧਰ ਧਿਆਨ ਕਰ। ਭਾਜੀ, ਬੱਚੇ ਨੇ ਕੁਝ ਸਮਝਿਆ ਕਰੋ। ਵੇਖਦੇ ਹਾਂ ਨਾ ਕਿ ਉੱਤੇ ਕੀ ਫੈਸਲਾ ਹੁੰਦਾ। ਹਾਂਜੀ, ਕੀ ਬਣਦਾ? ਉਹ ਆ ਗਿਆ ਜੀ। ਅੱਛਾ ਜੀ, ਹੁਣ ਸਾਨੂੰ ਇਜਾਜ਼ਤ, ਅਸੀਂ ਜਾਈਏ? ਨਹੀਂ, ਉਹ ਇਸ ਲਈ ਕਿ ਅਜੇ ਤਾਂ ਅਸੀਂ ਲਾਡੀ ਦੇ ਹੱਥ ਦਾ ਨਾਸ਼ਤਾ ਕਰਨਾ ਹੈਗਾ। ਠੀਕ ਹੈ ਜੀ, ਤੁਸੀਂ ਕਹਿੰਦੇ ਹੋ ਤਾਂ ਅਸੀਂ ਰੁਕ ਜਾਂਦੇ ਹਾਂ, ਕੋਈ ਮਸਲਾ ਨਹੀਂ। ਕੋਈ ਲੋੜ ਨਹੀਂ ਰੁਕਣ ਦੀ। ਮੇਰਾ ਮਤਲਬ ਹੈ ਭਾਜੀ, ਅਸੀਂ ਸਾਰੇ ਲਾਡੀ ਦੇ ਹੱਥ ਦਾ ਨਾਸ਼ਤਾ ਤਾਂ ਜ਼ਰੂਰ ਕਰਾਂਗੇ, ਪਰ ਇੱਥੇ ਨਹੀਂ। ਫੇਰ ਕੀ ਨਾਸ਼ਤਾ ਕਰਾਂਗੇ? ਲਾਡੀ ਦੇ ਘਰ ਜਾ ਕੇ, ਲਾਡੀ ਦੇ ਹੱਥ ਦਾ। ਹਾਂਜੀ, ਚਲੋ ਬਾਈ, ਫਿਰ ਤਿਆਰੀਆਂ ਫੜ ਲਓ। ਚਲੋ ਜੀ, ਚਲੋ। ਹਾਏ ਸਦਕੇ ਜਾਵਾਂ। ਲਓ ਜੀ, ਰੱਬ ਦਾ ਸ਼ੁਕਰ ਹੈ, ਸਭ ਠੀਕ ਠਾਕ ਹੋ ਗਿਆ। ਮਾਸ਼ਾਅੱਲਾ, ਲਿਆ ਫੜਾ। ਵਾਹ ਵੀ ਵਾਹ। ਚਲੋ ਸ਼ੁਕਰ ਆ, ਸਾਨੂੰ ਵੀ ਕੋਈ ਚਾਚਾ ਕਹਿਣ ਵਾਲਾ ਆਇਆ। ਲਾਡੇ ਪੁੱਤਰ, ਮੈਂ ਇਹਦੀਆਂ ਖੁਸ਼ੀਆਂ ਧੂਮ ਧਾਮ ਨਾਲ ਮਨਾਉਣੀਆਂ। ਆ, ਮੇਰੀ ਕੰਡ ਨਾ ਲੱਗਣ ਦੇਈ। ਉਹ ਮੈਂ ਕਹਿੰਦਾ ਕਿ ਲਾਡੇ ਦਾ ਵਿਆਹ ਅਸੀਂ ਕੀਤਾ ਸੀ ਧੂਮ ਧਾਮ ਨਾਲ, ਇਹਦੀ ਖੁਸ਼ੀ ਇਸ ਤੋਂ ਵੀ ਜ਼ਿਆਦਾ ਧੂਮ ਧਾਮ ਨਾਲ ਕਰਨੀ ਆ। ਬਸ ਬਸ, ਕੀ ਹੋਇਆ? ਧੂਮ ਧਾਮ ਨਾਲ ਕਰਨੀ ਆ। ਕਰਜ਼ਾ ਚੁੱਕ ਕੇ ਖੁਸ਼ੀਆਂ ਕਰਨ ਡੇ ਹੋ, ਸ਼ਰਮ ਨਹੀਂ ਆਉਂਦੀ? ਕਰਜ਼ਾ ਚੁੱਕ ਕੇ ਕੋਈ ਇਸ ਘਰ 'ਚ ਖੁਸ਼ੀ ਨਹੀਂ ਮਨਾਏਗਾ, ਕੋਈ ਚੰਗੀ ਗੱਲ ਆ? ਐ ਲੈ ਤਾਇਆ, ਤਪ ਗਿਆ ਨਾ। ਉਹ ਮੈਂ ਤਾਂ ਮਜ਼ਾਕ ਕੀਤਾ ਸੀ। ਆਹੋ, ਮਜ਼ਾਕ ਕੀਤਾ ਭਾਈਆ, ਬੜਾ ਮਜ਼ਾਕ ਕੀਤਾ। ਤਾਇਆ ਜੀ, ਤੁਸੀਂ ਇਸ ਖਾਨਦਾਨ ਦੇ ਵੱਡੇ ਹੋ ਅਤੇ ਇਹਦਾ ਨਾਂ ਵੀ ਹੁਣ ਤੁਸੀਂ ਹੀ ਰੱਖਣਾ। ਨਾਂ ਤਾਂ ਮੈਂ ਰੱਖ ਦਿੱਤਾ, ਮੁੰਡੇ ਦਾ ਨਾਂ ਆ ਲਾਡਾ ਟੂ। ਸਦਰਾਂ ਨੇ ਭੰਗੜੇ ਪਾਉਣੇ, ਔਰਲ ਮਿਲ ਗਾਏ ਗਾਉਣੇ। ਸਦਰਾਂ ਨੇ ਭੰਗੜੇ ਪਾਉਣੇ, ਔਰਲ ਮਿਲ ਗਾਏ ਗਾਉਣੇ। ਅੱਜ ਚੜਿਆ ਨਸੀਬ ਚਬਾਣੇ ਤੇ ਪੁੱਜੇ ਉਗ ਪੈਦਾਣੇ। ਵੇਖੋ ਜੀ ਹੋਣ ਲਗਾ ਤੇ ਕਾਵੀ ਲਈਆਂ ਚੜਾ। ਚਮਾਰੀ
सेने खिल रहे हाँ से जीवे पुलिया नाल पता से हर पसेने खिल रहे हाँ से जीवे पुलिया नाल पता से लाडी देने मन विच लड्डू लाडी नूने बड़े से आपे ओ किल से आपे पैर चल टीजे गाना ला